ਦੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਬੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹੋਵੇ ਸਿਫਤ ਖਸਮ ਦੀ ਨੂਰ ਅਰਸ਼ਾਂ ਪੁਰਸ਼ਾਂ ਚੱਟੀਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਪੌੜੀ ਪੁੱਤ ਜਣੈ ਬੜ ਕੋਠੜੀ ਬਾਹਰ ਜਗ ਜਾਣੈ ਧਨ ਧਰਤੀ ਵਿੱਚ ਦੱਬੀਐ ਮਸਤਕ ਪਰਵਾਨੈ ਵਾਟ ਪਟਾਓ ਆਖਦੇ ਬੁੱਠੇ ਇੰਦਰਾਣੈ ਸਭ ਕੋ ਸੀਸ ਨਿਵਾਏ ਦਾ ਚੜਿਆ ਚੰਦਰਾਣੈ ਗੋਰਖ ਦੇ ਗਲ ਗੋਦੜੀ ਜਗਨਾਥ ਬਖਾਣੈ ਗੁਰ ਪਰਚੈ ਗੁਰ ਆਖੀਐ ਸੱਚੂ ਸੱਚ ਸਿਆਣੈ ਗੁਰ ਪਰਚੈ ਗੁਰ ਆਖੀਐ ਸੱਚੂ ਸੱਚ ਸਿਆਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਦੇ ਮਹਾਂ ਚਾਨਣ ਕਰਮ ਕਾਂਡ ਪਖੰਡ ਦੇ ਨਾਸ਼ਕ ਸਰਬ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਭਾਈ ਸਾਹਿਬ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਵਾਰਾਂ ਦੀ ਚੱਲ ਰਹੀ ਲੜੀ ਵਾਰ ਵਿਚਾਰ ਦੌਰਾਨ ਆਪ ਜੀ ਨੇ 36ਵੀਂ ਵਾਰ ਦੀ 20ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਬੜਾ ਹੀ ਮਹਾਨ ਵਿਚਾਰ ਸਾਨੂੰ ਸਮਝਾਉਂਦੇ ਹਨ। ਆਖਰੀ ਜੋ ਪੰਗਤੀ ਹੈ ਉਹਨਾਂ ਦੀ, ਉਹ ਹੈ ਗੁਰ ਪਰਚੈ ਗੁਰ ਆਖੀਐ ਸੱਚ ਸੱਚ ਸਿਆਣੈ। ਆਖਦੇ ਨੇ ਜਿਸ ਦਾ ਪ੍ਰੇਮ ਗੁਰੂ ਨਾਲ ਪੈ ਜਾਏ, ਜਿਹੜਾ ਗੁਰੂ ਦਾ ਪ੍ਰੇਮੀ ਹੈ, ਉਹ ਆਖਰਕਾਰ ਪ੍ਰਗਟ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਇਹ ਗੁਰੂ ਦਾ ਪ੍ਰੇਮੀ ਹੈ, ਗੁਰੂ ਦੇ ਸਿਧਾਂਤ ਦੇ ਵਿੱਚ ਇਹਦਾ ਮਨ ਭਤੀਜਿਆ ਹੋਇਆ ਹੈ। ਤੇ ਉਸ ਨੂੰ ਫਿਰ ਗੁਰ ਆਖੀਐ ਤੋਂ ਭਾਵ ਹੈ ਗੁਰੂ ਵਾਲਾ ਆਖਿਆ ਜਾਂਦਾ ਹੈ ਵੀ ਇਹ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨਣ ਵਾਲਾ ਹੈ। ਤੋ ਗੁਰੂ ਨਾਨਕ ਉਸ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ, ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਉਸ ਦੇ ਅੰਦਰੋਂ ਝਲਕਦੀ ਹੈ ਤੇ ਉਸ ਨੂੰ ਫਿਰ ਗੁਰੂ ਵਾਲਾ ਆਖਿਆ ਜਾਂਦਾ ਹੈ ਵੀ ਇਹ ਗੁਰੂ ਨਾਨਕ ਦੇ ਮਤ ਨੂੰ ਮੰਨਣ ਵਾਲਾ ਹੈ, ਇਹ ਗੁਰੂ ਨਾਨਕ ਦੇ ਸਿਧਾਂਤ ਦੇ ਅਨੁਸਾਰ ਹੀ ਜ਼ਿੰਦਗੀ ਜਿਉਣ ਵਾਲਾ ਹੈ,
ਇਉਂ ਸੱਚ ਵਿੱਚ ਜੁੜ ਕੇ ਹੀ ਸੱਚ ਨੂੰ ਪਛਾਣਿਆ ਜਾਂਦਾ ਹੈ, ਸੱਚ ਦੀ ਪਛਾਣ ਆਉਂਦੀ ਹੈ। ਇਸ ਵਿਚਾਰ ਨੂੰ ਸਿੱਧ ਕਰਨ ਵਾਸਤੇ ਵੀ ਕਿਵੇਂ ਗੁਰੂ ਜਿਹੜਾ ਹੈ ਸਿੱਖ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਤੇ ਜੱਗ ਵਿੱਚ ਸਭ ਨੂੰ ਪਤਾ ਲੱਗ ਜਾਂਦਾ, ਉਹ ਕਿਤੇ ਵੀ ਰਹਿੰਦਾ ਹੋਵੇ, ਜਿਹੜਾ ਗੁਰੂ ਨੂੰ ਜਾਣਦਾ ਹੈ ਨਾ ਉਹਨੂੰ ਪਤਾ ਲੱਗ ਜਾਏਗਾ ਕਿ ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਗੁਰੂ ਨਾਨਕ ਅਨੁਸਾਰੀ ਜ਼ਿੰਦਗੀ ਜਿਉਣ ਵਾਲਾ ਮਨੁੱਖ ਹੈ, ਉਹਨੂੰ ਵੇਖਿਆਂ ਪਤਾ ਲੱਗ ਜਾਏਗਾ। ਉਹਦੇ ਲਈ ਕੁਝ ਉਦਾਹਰਨਾਂ ਭਾਈ ਸਾਹਿਬ ਜੀ ਨੇ ਦਿੱਤੀਆਂ ਹਨ। ਤੋਂ ਪਹਿਲੀ ਪੰਗਤੀ ਦੇ ਵਿੱਚ ਵਿਚਾਰ ਦ੍ਰਿੜ ਕਰਾਉਂਦੇ ਹਨ ਭਾਈ ਸਾਹਿਬ ਜੀ ਕਿ ਪੁੱਤ ਜਣੈ ਬੜ ਕੋਠੜੀ, ਬਾਹਰ ਜੱਗ ਜਾਣੈ। ਔਰ ਸਮਝਾ ਰਹੇ ਨੇ ਕਿ ਜਿਵੇਂ ਪਰਦੇ ਦੇ ਵਿੱਚ ਭਾਵ ਅੰਦਰ ਬੱਚੇ ਦਾ ਜਨਮ ਹੁੰਦਾ ਹੈ, ਮਾਂ ਪੁੱਤਰ ਨੂੰ ਜਨਮ ਦਿੰਦੀ, ਭਾਵ ਬੱਚੇ ਨੂੰ ਜਨਮ ਦਿੰਦੀ ਹੈ, ਭਾਵੇਂ ਜਗਤ ਨੇ ਬੱਚੇ ਦਾ ਜਨਮ ਹੁੰਦਾ ਬਾਹਰ ਤੱਕਿਆ ਨਹੀਂ ਕਿਉਂਕਿ ਕੁਝ ਮਜਬੂਰੀਆਂ ਨੇ ਤੇ ਉਹ ਪਰਦੇ 'ਚ ਜਨਮ ਹੋਇਆ ਤੇ ਬਾਹਰ ਸਾਰੇ ਜੱਗ ਨੂੰ ਪਤਾ ਲੱਗ ਜਾਂਦਾ ਹੈ ਕਿ ਅੰਦਰ ਬੱਚੇ ਦਾ ਜਨਮ ਹੋਇਆ ਹੈ ਕਿਉਂਕਿ ਬੱਚੇ ਦੀ ਆਵਾਜ਼ ਦੱਸ ਦਿੰਦੀ ਹੈ ਕਿ ਉੱਥੇ ਬੱਚੇ ਦਾ ਜਨਮ ਹੋਇਆ ਹੈ। ਭਾਵੇਂ ਕਿ ਉਹ ਪਰਦੇ ਵਿੱਚ ਸੀ ਪਰ ਜਗਤ ਨੂੰ ਫਿਰ ਵੀ ਪਤਾ ਲੱਗ ਗਿਆ ਕਿ ਅੰਦਰ ਬੱਚੇ ਦਾ ਜਨਮ ਹੋਇਆ ਹੈ। ਦੂਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪਰਵਾਨ ਹੈ। ਆਖਦੇ ਨੇ ਕਿਉਂਕਿ ਉਸ ਸਮੇਂ ਦੇ ਅੰਦਰ ਜਿਹਦੇ ਕੋਲ ਬਹੁਤ ਧਨ ਹੁੰਦਾ ਸੀ ਨਾ ਉਹ ਗਾਗਰ ਇਤਿਆਦਿਕ ਦੇ ਵਿੱਚ ਪਾ ਕੇ ਉਹਨੂੰ ਸੁਰੱਖਿਅਤ ਰੱਖਣ ਵਾਸਤੇ ਕੋਈ ਲੁਟੇਰਾ ਲੁੱਟ ਕੇ ਨਾ ਲੈ ਜਾਵੇ, ਕਿਤੇ ਘਰੋਂ ਚੋਰੀ ਨਾ ਹੋ ਜਾਵੇ ਕਿਉਂਕਿ ਉਸ ਵਕਤ ਬੈਂਕਾਂ ਤਾਂ ਨਹੀਂ ਸਨ। ਅੱਜ ਤੇ ਲੋਕੀ ਆਪਣਾ ਧਨ ਬੈਂਕਾਂ 'ਚ ਜਮ੍ਹਾਂ ਕਮਾ ਕਰਾ ਦਿੰਦੇ ਹਨ। ਉਸ ਵਕਤ ਗਾਗਰ ਘੜੇ ਇਤਿਹਾਸਿਕ ਦੇ ਵਿੱਚ ਪਾ ਕੇ ਲੋਕ ਧਰਤੀ ਦੇ ਵਿੱਚ ਦੱਬ ਦਿੰਦੇ ਸਨ। ਭਾਵੇਂ ਬਾਹਰ ਦੇਖਣ ਨੂੰ ਉਹਦੇ ਕੋਲ ਧਨ ਨਹੀਂ ਦਿਖਾਈ ਪੈ ਰਿਹਾ ਪਰ ਧਨ ਉਹਦੇ ਕੋਲ ਸੀ ਤੇ ਉਹਨੇ ਅੰਦਰ ਦੱਬ ਦਿੱਤਾ ਧਰਤੀ ਵਿੱਚ। ਹੁਣ ਉਹਦੇ ਧਨ ਦਾ ਕਿਵੇਂ ਪਤਾ ਲੱਗਦਾ ਵੀ ਇਹ ਧਨੀ ਹੈ? ਉਹਦੇ ਮਸਤਕ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਧਨ ਵਾਲਾ ਹੈ। ਦੇਖੋ ਜਿਹਦੇ ਕੋਲ ਧਨ ਬੜਾ ਥੋੜਾ ਹੋਵੇ ਨਾ ਸੰਸਾਰ ਦੇ ਅੰਦਰ ਜਿਹੜਾ ਦੁਨਿਆਵੀ ਵਿਰਤੀ 'ਚ ਜਿਉਂਦਾ ਹੈ ਮਨੁੱਖ, ਤਾਂ ਉਹਦੇ ਚਿਹਰੇ ਦਾ ਹਰ ਸਮੇਂ ਰੰਗ ਉੱਡਿਆ ਰਹਿੰਦਾ ਹੈ। ਉਹ ਹਰ ਸਮੇਂ ਫਿਕਰ 'ਚ ਰਹਿੰਦਾ ਹੈ, ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਕਿਸ ਤਰ੍ਹਾਂ ਚੱਲੇਗਾ, ਮੇਰੇ ਧਨ ਥੋੜਾ ਥੋੜਾ ਹੈ। ਉਹਦੇ ਚਿਹਰੇ ਉੱਪਰੇ, ਉਹਦੇ ਮਸਤਕ ਦੇ ਉੱਪਰੇ ਕੋਈ ਰੌਣਕ ਦਿਖਾਈ ਨਹੀਂ ਪੈਂਦੀ, ਹਰ ਸਮੇਂ ਮੁਰਝਾਇਆ ਮੁਰਝਾਇਆ ਦਿਸਦਾ ਹੈ। ਪਰ ਜਿਸ ਦੇ ਕੋਲ ਧਨ ਹੈ, ਭਾਵੇਂ ਉਹਦੀ ਜੇਬ 'ਚ ਨਹੀਂ ਹੈ ਧਨ ਜ਼ਿਆਦਾ, ਉਹਦੇ ਵਰਤੋਂ ਜੋਗਾ ਹੀ ਬਾਕੀ ਉਹਨੇ ਦੱਬਿਆ ਹੋਇਆ ਧਨ, ਉਹਦੇ ਚਿਹਰੇ ਤੋਂ ਦਿਖਾਈ ਪੈ ਜਾਏਗਾ ਵੀ ਇਹ ਧਨੀ ਹੈ ਕਿਉਂਕਿ ਉਹ ਖੁਸ਼ ਰਹਿੰਦਾ, ਉਹਨੂੰ ਪਤਾ ਮੇਰੀਆਂ ਲੋੜਾਂ ਸਭ ਪੂਰੀਆਂ ਹੋ ਜਾਣੀਆਂ ਨੇ, ਮੇਰੇ ਕੋਲ ਧਨ ਹੈ, ਤੇ ਉਹਦਾ ਚਿਹਰੇ ਤੇ ਮੁਰਝਾਹਟ ਨਹੀਂ ਹੁੰਦੀ, ਉਹਦੇ ਚਿਹਰੇ ਤੇ ਖੇੜਾ ਹੁੰਦਾ ਹੈ। ਔਰ ਉਸ ਖੇੜੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਮਨੁੱਖ ਕੋਲ ਧਨ ਹੈ, ਭਾਵੇਂ ਨੇ ਧਰਤੀ 'ਚ ਦੱਬਿਆ ਸੀ ਦਿਸਦਾ ਨਹੀਂ ਪਰ ਉਹਦੇ ਮੁਖੜੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਧਨੀ ਹੈ। ਦੂਸਰੀ ਉਦਾਹਰਨ, ਬਾਟ ਬਟਾਉ ਆਖਦੇ ਮੁੱਠੇ ਇੰਦਰਾਣੇ, ਤੀਸਰੀ ਪੰਗਤੀ ਅੰਦਰ ਬਚਨ ਦੇ ਰਹੇ ਨੇ ਕਿ ਜਿਵੇਂ ਇੱਕ ਮਨੁੱਖ ਰਸਤੇ ਉੱਤੇ ਤੁਰਿਆ ਜਾ ਰਿਹਾ ਹੈ ਰਾਹੀ, ਤੋ ਰਾਹੀ ਜਿਹੜਾ ਹੈ ਉਹ ਦੇਖ ਕੇ ਕਹਿ ਦਿੰਦਾ ਹੈ ਵੀ ਇੱਥੇ ਬਾਰਿਸ਼ ਹੋਈ ਹੈ ਕਿਉਂਕਿ ਪਾਣੀ ਇਕੱਠਾ ਹੋਇਆ,
ਭਾਵੇਂ ਬੱਦਲ ਭਰ ਕੇ ਹਟ ਗਿਆ ਹੈ, ਰੁਕ ਗਿਆ ਹੈ, ਪਰ ਉਹਨੇ ਇਹ ਵੇਖ ਕੇ ਪਾਣੀ ਖੜਾ ਹੋਇਆ ਹੈ ਰਸਤੇ ਦੇ ਵਿੱਚ ਵੀ ਇੱਥੇ ਇੰਦਰ ਵਰਖਿਆ ਹੈ। ਇੰਦਰ ਦਾ ਭਾਵ ਹੁੰਦਾ ਬੱਦਲ, ਵੀ ਇੱਥੇ ਬੱਦਲ ਵਰਖੇ ਹਨ, ਇੱਥੇ ਬਾਰਿਸ਼ ਹੋਈ ਹੈ। ਜਿਵੇਂ ਉਹ ਬਾਰਿਸ਼ ਰੁਕ ਵੀ ਗਈ ਹੈ, ਪਰ ਉਸਨੇ ਵੇਖ ਕੇ ਦੱਸ ਦਿੱਤਾ ਇੱਥੇ ਬਾਰਿਸ਼ ਹੋਈ ਹੈ, ਉਹ ਪਾਣੀ ਦੱਸ ਦਿੰਦਾ ਹੈ ਇੱਥੇ ਬਾਰਿਸ਼ ਹੋਈ ਹੈ, ਭਾਵੇਂ ਬੱਦਲ ਛੁੱਪ ਗਏ ਹਨ, ਦਿਨ ਚੜ ਗਿਆ ਹੈ, ਸੂਰਜ ਦੀ ਰੋਸ਼ਨੀ ਹੋ ਗਈ, ਬੱਦਲ ਚਲੇ ਗਏ ਨੇ, ਪਰ ਰਸਤੇ ਤੇ ਚੱਲਣ ਵਾਲੇ ਰਾਹੀ ਨੇ ਦੱਸ ਦਿੱਤਾ ਹੈ ਕਿ ਇੱਥੇ ਬਾਰਿਸ਼ ਹੋਈ ਹੈ, ਪਛਾਣ ਹੋ ਜਾਂਦੀ ਹੈ। ਤੋ ਚੌਥੀ ਪੰਕਤੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ, ਸਭ ਕੋ ਸੀਸ ਨਿਵਾਏ ਦਾ ਚੜਿਆ ਚੰਦਰਾਇਣ ਹੈ। ਜਦੋਂ ਦੂਜ ਦਾ ਚੰਦ ਚੜਿਆ ਹੋਵੇ, ਦਿਖਾਈ ਦੇ ਰਿਹਾ ਹੋਵੇ, ਤੇ ਸਾਰੇ ਉਹਨੂੰ ਸੀਸ ਝੁਕਾਉਂਦੇ ਹਨ, ਕਿਉਂਕਿ ਪ੍ਰਚਲਿਤ ਵਿਚਾਰ ਉਹ ਦੱਸ ਰਹੇ ਨੇ, ਕਿਉਂਕਿ ਇਸ ਤਰ੍ਹਾਂ ਜੀਵਨ ਚ ਉਦਾਹਰਨਾਂ ਲੈਂਦੇ ਹਨ ਭਾਈ ਸਾਹਿਬ ਜੀ ਸਮਝਾਉਣ ਵਾਸਤੇ। ਸਿੱਖ ਤਾਂ ਨਹੀਂ ਚੰਦਰਮਾ ਨੂੰ ਸੀਸ ਝੁਕਾਉਂਦਾ, ਕਿਉਂਕਿ ਚੰਦਰਮਾ ਨੂੰ ਉਹ ਦੇਵਤਾ ਨਹੀਂ ਮੰਨਦਾ। ਤੋ ਸਨਾਤਨ ਮਤ ਦੇ ਲੋਕ ਜਿਹੜੇ ਹਨ, ਉਹ ਸੂਰਜ ਚੰਦਰਮਾ ਨੂੰ ਵੀ ਨਮਸਕਾਰ ਕਰਦੇ ਹਨ, ਬਲਕਿ ਚੰਦਰਮਾ ਜਦੋਂ ਨਿਕਲਦਾ ਹੈ ਮੱਸਿਆ ਤੋਂ ਬਾਅਦ, ਕਿਉਂਕਿ ਮੱਸਿਆ ਤੇ ਕੋਪ ਹਨੇਰਾ ਹੋ ਜਾਂਦਾ, ਚੰਦਰਮਾ ਛੁੱਪ ਜਾਂਦਾ ਹੈ, ਤੇ ਜਦੋਂ ਚੰਦਰਮਾ ਫਿਰ ਦਿਖਾਈ ਦਿੰਦਾ ਹੈ ਤੇ ਕਈ ਲੋਕ ਚੰਦਰਮਾ ਨੂੰ ਵੇਖਦੇ ਹਨ ਤੇ ਸੀਸ ਝੁਕਾਉਂਦੇ ਨੇ, ਜਿਹੜੇ ਚੰਦਰਮਾ ਦੀ ਪੂਜਾ ਕਰਨ ਵਾਲੇ ਨੇ। ਤੋ ਚੜਿਆ ਹੋਇਆ ਚੰਦ ਛੁੱਪਦਾ ਨਹੀਂ ਹੈ, ਪਤਾ ਲੱਗ ਜਾਂਦਾ ਹੈ ਵੀ ਇਹ ਦੂਜ ਦਾ ਚੰਦ ਹੈ। ਅਗਲੀ ਉਦਾਹਰਨ ਪੰਜਵੀਂ ਲਾਈਨ ਦੇ ਵਿੱਚ ਭਾਈ ਸਾਹਿਬ ਸਮਝਾਉਂਦੇ, ਗੋਰਖ ਦੇ ਗਲ ਗੋਦੜੀ ਜਗਨਨਾਥ ਬਖਾਣੇ। ਹੁਣ ਸਾਹਿਬ ਸਮਝਾਉਂਦੇ ਭਾਈ ਗੁਰਦਾਸ ਜੀ ਵੀ ਗੋਰਖ ਦੇ ਗਲ ਵਿੱਚ ਪਈ ਹੋਈ ਗੋਦੜੀ ਦੱਸ ਦਿੰਦੀ ਹੈ ਵੀ ਇਹ ਜਗਤ ਦਾ ਨਾਥ ਹੈ, ਭਾਵ ਇਹ ਗੋਰਖ ਹੈ। ਗੋਰਖ ਦਾ ਪਹਿਰਾਵਾ ਉਹਦੇ ਬੋਲਣ ਤੋਂ ਬਗੈਰ ਹੀ ਦੱਸ ਦਿੰਦਾ ਹੈ ਵੀ ਇਹ ਗੋਰਖ ਹੈ। ਇਹ ਕੁਝ ਉਦਾਹਰਨਾਂ ਦੇ ਕੇ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਸਮਝਾਉਣਾ ਚਾਹੁੰਦੇ ਹਨ ਵੀ ਗੁਰ ਪਰਚੈ ਗੁਰ ਆਖੀਐ ਸੱਚ ਸੱਚ ਸਿਆਣੈ। ਵੀ ਗੁਰੂ ਦਾ ਪ੍ਰੇਮੀ ਕੌਣ ਹੈ, ਕਿਵੇਂ ਪਤਾ ਲੱਗੇ ਵੀ ਇਹ ਗੁਰੂ ਦਾ ਪ੍ਰੇਮੀ ਹੈ, ਇਹ ਗੁਰੂ ਦਾ ਸਿੱਖ ਹੈ। ਹੁਣ ਮੈਂ ਕੁਝ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਾਂ ਪਛਾਣ ਦੀਆਂ। ਸਿਧਾਂਤ ਪੱਖ ਚ ਗੁਰੂ ਨਾਨਕ ਜੀ ਦਾ ਸਿਧਾਂਤ ਹੈ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਸਾਡਾ ਮੰਨ ਲਓ ਮੂਲ ਸਿਧਾਂਤ ਹੈ ਗੁਰੂ ਨਾਨਕ ਦੇ ਫਲਸਫੇ ਦਾ, ਗੁਰੂ ਨਾਨਕ ਦੇ ਸਿਧਾਂਤ ਦਾ ਇਹ ਮੁੱਢ ਸਿਧਾਂਤ ਹੈ। ਇਹ ਮੁੱਢ ਸਿਧਾਂਤ ਜਿਹਦੇ ਅੰਦਰੋਂ ਝਲਕ ਜੇ ਉਹ ਗੁਰੂ ਦਾ ਸਿੱਖ ਹੈ, ਤੇ ਜਿਹਦੇ ਅੰਦਰੋਂ ਨਹੀਂ ਝਲਕਦਾ ਉਹ ਸਿੱਖ ਨਹੀਂ ਹੈ। ਉਹ ਮਿਲ ਗੋਭਾ ਵਿਚਾਰ ਵਾਲਾ ਹੋਵੇਗਾ ਵੀ ਕੁਝ ਗੁਰੂ ਦੀ ਵਿਚਾਰ ਲੈ ਲਈ, ਕੋਈ ਹਿੰਦੂਆਂ ਦੀ ਲੈ ਲਈ, ਕੋਈ ਮੁਸਲਮਾਨਾਂ ਦੀ, ਕੋਈ ਈਸਾਈਆਂ ਦੀ ਲੈ ਲਈ। ਉਹ ਸੁਤੰਤਰ ਗੁਰੂ ਦਾ ਸਿੱਖ ਨਹੀਂ ਹੋਵੇਗਾ। ਉਹਦੇ ਵਿਵਹਾਰ ਤੋਂ, ਉਹਦੀ ਵਿਚਾਰ ਤੋਂ ਪਤਾ ਲੱਗ ਜਾਏਗਾ ਕਿ ਇਹ ਗੁਰੂ ਨਾਨਕ ਦਾ ਸਿੱਖ ਹੈ ਜਾਂ ਕੋਈ ਹੋਰ ਹੈ। ਤੋ ਗੁਰੂ ਨਾਨਕ ਦਾ ਸਿਧਾਂਤ ਇਹ ਹੈ ਕਿ ਪਰਮਾਤਮਾ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਜਿਹੜਾ ਇੱਕ ਨੂੰ ਮੰਨਣ ਵਾਲਾ ਹੋਏਗਾ, ਪਹਿਲੀ ਗੱਲ ਤੇ ਇਹ ਵੀ ਗੁਰੂ ਨਾਨਕ ਦਾ ਸਿੱਖ ਉਹ ਹੈ ਜਿਹੜਾ ਇੱਕ ਈਸ਼ਵਰ ਨੂੰ ਮੰਨਦਾ ਹੈ, ਜਿਹੜਾ ਦੋ ਤਿੰਨ ਚਾਰ ਪੰਜ ਨੂੰ
ਨਹੀਂ ਮੰਨਦਾ ਹੈ, ਇੱਕ ਈਸ਼ਵਰ। ਫਿਰ ਉਸ ਇੱਕ ਈਸ਼ਵਰ ਨੂੰ ਹੀ ਉਹ ਦਾਤਾ ਜਾਣਦਾ ਹੈ ਕਿ ਉਹ ਹੀ ਸਭ ਦਾਤਾ ਦੇਣ ਵਾਲਾ ਹੈ, ਕੋਈ ਹੋਰ ਦੂਸਰਾ ਦੇਣ ਵਾਲਾ ਨਹੀਂ ਹੈ। ਦਾਦਾ ਦਾਤਾ ਏਕ ਹੈ ਸਭ ਕੋ, ਦੇਵਨ ਹਾਰ ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਗੁਰੂ ਨਾਨਕ ਦਾ ਸਿੱਖ ਮੰਗੇਗਾ ਤੇ ਇੱਕ ਅਕਾਲ ਪੁਰਖ ਕੋਲੋਂ ਮੰਗੇਗਾ ਕਿ ਉਹ ਦਾਤਾ ਇੱਕ ਹੈ ਔਰ ਸਭ ਨੂੰ ਦਾਤਾਂ ਦੇਣ ਵਾਲਾ, ਔਰ ਉਹਦੀਆਂ ਦਾਤਾਂ ਕਦੇ ਨਖੁੱਟਦੀਆਂ ਨਹੀਂ ਹਨ। ਰਹਿਰਾ ਸਾਹਿਬ ਜੀ ਦੇ ਅੰਦਰ ਮੈਂ ਬਚਨ ਆਪ ਜੀ ਨਾਲ ਸਾਂਝਾ ਕਰਾਂ, ਨਾ ਉਹ ਮਰਿਆ ਨਾ ਹੋਵੇ ਸੋਗ। ਉਹ ਇੱਕ ਈਸ਼ਵਰ ਜੋ ਗੁਰੂ ਨਾਨਕ ਨੇ ਦ੍ਰਿੜ ਕਰਵਾਇਆ, ਉਹ ਕਦੇ ਮਰਦਾ ਨਹੀਂ, ਨਾ ਕਦੇ ਸ਼ੋਕ ਹੁੰਦਾ ਹੈ ਕਿ ਅੱਜ ਰੱਬ ਜੀ ਮਰ ਗਏ ਹਨ। ਜੋ ਮਰ ਜਾਏ ਉਹ ਰੱਬ ਨਹੀਂ ਹੈ, ਉਹ ਗੁਰੂ ਨਾਨਕ ਦੇ ਸਿਧਾਂਤ ਦਾ ਰੱਬ ਨਹੀਂ ਹੋ ਸਕਦਾ ਜਿਹੜਾ ਜਨਮ ਵੀ ਲਏ ਤੇ ਮਰ ਜਾਵੇ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਉਹ ਜੀਵ ਨੂੰ ਦਾਤਾਂ ਦਿੰਦਾ ਰਹਿੰਦਾ ਹੈ, ਕਦੇ ਵੀ ਉਹਦੇ ਪਦਾਰਥ ਮੁੱਕਦੇ ਨਹੀਂ ਹਨ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਆਖੇ ਵਾਹਿਗੁਰੂ ਜੀ ਦਾ ਸਭ ਤੋਂ ਵੱਡਾ ਗੁਣ ਇਹ ਹੈ, ਵਿਸ਼ੇਸ਼ਤਾ ਹੀ ਉਹਦੇ ਅੰਦਰ ਇਹ ਹੈ ਕਿ ਉਹਦੇ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ, ਉਹ ਆਪਣੇ ਵਰਗਾ ਆਪ ਹੀ ਹੈ। ਜੇਵਟ ਆਪ ਦੇਵਟ ਤੇਰੀ ਦਾਤ, ਜਿੱਡਾ ਵੱਡਾ ਉਹ ਹੈ ਓਡੀਆਂ ਵੱਡੀਆਂ ਬੇਅੰਤ ਉਹਦੀਆਂ ਦਾਤਾਂ ਹਨ। ਜਿਸ ਨੂੰ ਇਹ ਸਮਝ ਲੱਗ ਜਾਏ ਤਾਂ ਪਤਾ ਲੱਗ ਜਾਏਗਾ ਇਹ ਗੁਰੂ ਨਾਨਕ ਜੀ ਦਾ ਸਿੱਖ ਹੈ। ਇਹ ਕਿਸੇ ਮੜੀ ਤੇ ਜਾ ਕੇ ਦੀਵਾ ਨਹੀਂ ਬਾਲਦਾ, ਇਹ ਕਿਸੇ ਮੜੀ ਤੋਂ ਡਰਦਾ ਵੀ ਨਹੀਂ, ਔਰ ਇਹ ਕਿਸੇ ਕਬਰ ਦਾ ਪੁਜਾਰੀ ਨਹੀਂ ਕਿ ਕਬਰਾਂ ਤੇ ਦੀਵੇ ਬਾਲਦਾ ਫਿਰੇ ਤੇ ਪੀਰਾਂ ਕੋਲ ਜੋਧੜੀਆਂ ਕਰਦਾ ਫਿਰੇ ਮੰਗਣ ਦੀਆਂ। ਔਰ ਮੈਂ ਬੇਨਤੀ ਕਰਾਂ, ਜਿਹੜੇ ਸਾਡੇ ਵਿੱਚ ਆਪਣੇ ਆਪ ਨੂੰ ਹੈ ਤੇ ਗੁਰੂ ਕੇ ਸਿੱਖ ਕਹਾਉਂਦੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਉਹ ਇੱਕ ਦੀ ਵਿਚਾਰਧਾਰਾ ਨੂੰ ਛੱਡ ਕੇ ਫਿਰ ਮੜੀਆਂ ਨਾਲ ਵੀ ਜੁੜ ਗਏ, ਕਬਰਾਂ ਨਾਲ ਵੀ ਜੁੜ ਗਏ ਹਨ ਬਹੁਤ ਸਾਰੇ ਸਾਡੇ ਚੋਂ, ਤਾਂ ਉਹ ਗੁਰੂ ਨਾਨਕ ਦੇ ਸਿੱਖ ਫਿਰ ਨਹੀਂ ਹੋ ਸਕਦੇ ਸਿਧਾਂਤਿਕ ਵਾਲੇ। ਪਤਾ ਲੱਗ ਜਾਏਗਾ ਦੇਖਣ ਵਾਲੇ ਨੂੰ ਵੀ ਨਹੀਂ, ਇਹ ਗੁਰੂ ਨਾਨਕ ਦਾ ਨਿਰੋੜ ਸਿੱਖ ਨਹੀਂ ਹੈ ਤੇ ਮਿਲਾਵਟੀ ਸਿੱਖ ਹੈ। ਵੀ ਇਹ ਗੁਰੂ ਨਾਨਕ ਨੇ ਤੇ ਕਿਹਾ ਵੀ ਇੱਕ ਹੀ ਦਾਤਾ ਹੈ ਔਰ ਉਹੀ ਸਭ ਨੂੰ ਦਾਤਾਂ ਦਿੰਦਾ ਹੈ, ਔਰ ਇੱਕ ਹੀ ਵਾਹਿਗੁਰੂ ਹੈ ਔਰ ਹੋਰ ਕੋਈ ਦਾਤਾ ਦੇਣ ਵਾਲਾ ਨਹੀਂ। ਤੇ ਆਹ ਜੋ ਕਬਰ ਦਾ ਪੁਜਾਰੀ ਹੋਇਆ ਬੈਠਾ ਹੈ, ਇਹ ਗੁਰੂ ਨਾਨਕ ਦਾ ਸਿੱਖ ਫਿਰ ਨਹੀਂ ਹੋ ਸਕਦਾ। ਕਿਉਂਕਿ ਮੈਂ ਤੱਕਦਾ ਜਦੋਂ ਵਿਚਰਦਾ ਤੇ ਬਹੁਤ ਸਾਰੇ ਸਾਡੇ ਵਿੱਚੋਂ, ਕਿਉਂਕਿ ਹਰ ਪਿੰਡਾਂ ਦੇ ਵਿੱਚ, ਪਿੰਡਾਂ ਦੇ ਨੇੜੇ ਪੀਰਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ ਤੇ ਲੋਕ ਉਹਨਾਂ ਕਬਰਾਂ ਦੀ ਪੂਜਾ ਕਰੀ ਜਾਂਦੇ ਹਨ। ਔਰ ਤੁਸੀਂ ਦੇਖੋ ਸ਼ੇਖ ਫਤਾ ਜਿਹੜਾ ਪੀਰ ਨਿਗਾਹੇ ਵਾਲੇ ਦਾ ਚੇਲਾ ਸੀ, ਜਿਹਨੂੰ ਲੱਖਦਾਤਾ ਵੀ ਕਿਹਾ ਜਾਂਦਾ ਹੈ, ਜਿਹਨੂੰ ਸਰਵਰ ਵੀ ਕਿਹਾ ਜਾਂਦਾ, ਸੁਲਤਾਨੀਆ ਵੀ ਕਿਹਾ ਜਾਂਦਾ, ਉਹਦਾ ਬੜਾ ਪ੍ਰਭਾਵ ਰਿਹਾ ਪੰਜਾਬ ਦੇ ਵਿੱਚ। ਔਰ ਜਿਸ ਦੇ ਬਹੁਤ ਸਾਰੇ ਚੇਲੇ ਉਹਦਾ ਮਾਰਗ ਛੱਡ ਕੇ ਸਿੱਖ ਬਣ ਗਏ ਸਨ, ਜਿਹਨਾਂ ਵਿੱਚੋਂ ਭਾਈ ਮੰਝ ਜੀ ਦਾ ਵੀ ਜ਼ਿਕਰ ਆਉਂਦਾ ਹੈ, ਉਹ ਹਾਲਾਂਕਿ ਉਹਨਾਂ ਦਾ ਪ੍ਰਚਾਰਕ ਸੀ, ਉਹ ਗੁਰੂ ਨਾਨਕ ਦਾ ਸਿੱਖ ਹੋ ਗਿਆ। ਭਾਵ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਉਹਨੇ ਸਿੱਖੀ ਨੂੰ ਪ੍ਰਵਾਨ ਕਰ ਲਿਆ, ਉਹ ਸਿੱਖ ਮਤ ਨੂੰ ਉਹਨੇ ਧਾਰਨ ਕਰ ਲਿਆ। ਪਰ ਸੇਖ ਫਤਾ ਜਿਹੜਾ ਹੈ,
ਇਹ ਸੁਲਤਾਨੀਆਂ ਦਾ ਚੇਲਾ ਸੀ, ਮੁੱਖ ਚੇਲਿਆਂ ਦੇ ਅੰਦਰੋਂ, ਔਰ ਇਹ ਬੜਾ ਪ੍ਰਚਾਰ ਕਰਦਾ ਸੀ। ਪਤਾ ਨਹੀਂ ਕਿਸ ਢੰਗ ਦੇ ਨਾਲ ਸੇਖ ਫਤਿਹ ਨੂੰ ਗੁਰੂ ਨਾਨਕ ਦਾ ਸੇਵਕ ਦਰਸਾ ਦਿੱਤਾ ਗਿਆ, ਗੁਰੂ ਅਰਜਨ ਸਾਹਿਬ ਦਾ ਸੇਵਕ, ਗੁਰੂ ਘਰ ਦਾ ਸੇਵਕ। ਤੇ ਉਹ ਮੈਂ ਪ੍ਰਚਲਿਤ ਜੋ ਵਿਚਾਰ ਵੀ ਆਪਦੇ ਸਨਮੁਖ ਰੱਖਾਂ, ਜਿੱਥੋਂ ਸਾਨੂੰ ਪਤਾ ਲੱਗੇਗਾ। ਹੁਣ ਆਖਦੇ ਨੇ ਵੀ ਉਹ ਜੀ ਪਸ਼ੂ ਚਾਰਦਾ ਸੀ ਗੁਰੂ ਸਾਹਿਬ ਦੇ, ਤੇ ਇੱਕ ਦਿਨ ਖੀਰ ਕੋਈ ਲੈ ਕੇ ਆਇਆ ਤੇ ਇਹਦੇ ਵਾਸਤੇ ਬਚੀ ਨਾ, ਤੇ ਗੁਰੂ ਸਾਹਿਬ ਨੇ ਅੱਗੇ ਰੁੱਸ ਗਿਆ ਕਿ ਮੈਨੂੰ ਖੀਰ ਨਹੀਂ ਦਿੱਤੀ। ਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਦਰ ਤੇ ਕੁੱਤੇ ਵੀ ਖੀਰ ਨਹੀਂ ਖਾਇਆ ਕਰਨਗੇ ਜੇ ਖੀਰ ਆਇਆ ਨਹੀਂ। ਪਰ ਇਹ ਸਾਰੀ ਕਿਸੇ ਵੱਲੋਂ ਮਨ ਘੜਤ ਕਹਾਣੀ ਘੜ ਕੇ ਸਿੱਖਾਂ ਦੇ ਵਿਹੜੇ ਸੁੱਟ ਦਿੱਤੀ ਗਈ, ਔਰ ਸਾਡੇ ਪ੍ਰਚਾਰਕ ਸੁਣਾਈ ਜਾਂਦੇ ਹਨ। ਜਦੋਂ ਕਿ ਸੇਖ ਪੱਤਾ ਪੱਕਾ ਸੁਲਤਾਨੀਆ ਸੀ, ਉਹਦੀ ਉੱਥੇ ਕਬਰ ਬਣੀ ਹੋਈ ਹੈ, ਉਹਦਾ ਇੱਕ ਬੜਾ ਭਾਰੀ ਸਥਾਨ ਹੈ। ਔਰ ਮੈਂ ਬੇਨਤੀ ਕਰਾਂ, ਉਹਦਾ ਜਿਹੜਾ ਠੇਕਾ ਹੈ ਨਾ ਉਸ ਸਥਾਨ ਦਾ, ਉਹ ਪਾਕਿਸਤਾਨ ਦੀ ਗੌਰਮੈਂਟ ਕਰਦੀ ਹੈ। ਉੱਥੇ ਮਾਝੇ ਤੇ ਦੁਆਬੇ ਦੇ ਵਿੱਚੋਂ ਬੇਅੰਤ ਸਾਡੇ ਗੁਰੂ ਕੇ ਕਹਾਉਣ ਵਾਲੇ ਸਿੱਖ ਉੱਥੇ ਖੀਰ ਲੈ ਕੇ ਜਾਂਦੇ, ਬਹੁਤ ਜ਼ਿਆਦਾ ਖੀਰ ਉੱਥੇ ਲੈ ਕੇ ਜਾਂਦੇ। ਅੰਨ ਲਾਉਣ ਤੋਂ ਪਹਿਲਾਂ ਦੁੱਧ ਨੂੰ ਉੱਥੇ ਲੈ ਕੇ ਖੀਰ ਜਾਂਦੇ ਨੇ। ਅਰੇ ਉੱਥੇ ਅਰਦਾਸਾਂ ਕਰਦੇ, ਸਾਡੇ ਘਰੇ ਜੀ ਸਾਡੀ ਮੱਝ ਜਿਹੜੀ ਹੈ ਨਾ ਉਹ ਕੱਟਾ ਨਾ ਦੇਵੇ, ਕੱਟੀ ਦੇਵੇ। ਤੇ ਹੁਣ ਦੱਸੋ ਦੁੱਧ ਮੰਗਣ ਉੱਥੋਂ ਜਾ ਰਹੇ ਨੇ, ਪਰ ਉਹ ਗੁਰੂ ਘਰ ਦਾ ਵਿਰੋਧੀ ਸੀ, ਉਹਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚ ਉਹਦਾ ਵੀ ਹੱਥ ਹੈ, ਸੁਲਤਾਨੀਆਂ ਦਾ ਵੀ ਔਰ ਸੇਖ ਪੱਤੇ ਦਾ ਵੀ। ਉੱਥੇ ਸਾਡੇ ਸਿੱਖ ਜਾ ਜਾ ਕਬਰਾਂ ਤੇ ਮੱਥੇ ਟੇਕਦੇ, ਦੱਸੋ ਇਹ ਸਿੱਖ ਕਹੋ ਕਿ ਪਤਾ ਲੱਗੇਗਾ ਵੀ ਇਹ ਕੁਝ ਮਿਲਾਵਟੀ ਸਿੱਖ ਨੇ, ਇਹਨਾਂ ਨਰੋੜ ਗੁਰੂ ਨਾਨਕ ਦੇ ਵਿਚਾਰ ਨੂੰ ਸਮਝਿਆ ਨਹੀਂ ਹੈ ਵੀ ਦਾਦਾ ਤੇ ਇੱਕ ਹੈ, ਹੋਰ ਕੋਲ ਕਿਉਂ ਮੰਗਦੇ ਹੋ? ਸਾਰੀਆਂ ਹੀ ਦਾਤਾਂ ਉਹ ਦੇਣ ਵਾਲਾ ਹੈ, ਇੱਕ ਦਾਤ ਨਹੀਂ, ਦੋ ਨਹੀਂ, ਚਾਰ ਨਹੀਂ, ਪੰਜ ਨਹੀਂ, ਸਮੁੱਚੀਆਂ ਦਾਤਾਂ ਵਦਾ ਦਾਤਾ ਹੀ ਉਹ ਹੈ। ਸਾਰੀਆਂ ਦਾਤਾਂ ਦਾ ਦੇਣ ਵਾਲਾ ਦਾਤਾ ਪ੍ਰਮਾਤਮਾ ਹੈ। ਜਿੱਥੇ ਗੁਰੂ ਸਾਹਿਬ ਨੇ ਬਚਨ ਆਖੇ, ਮੰਗੋ ਰਾਮ ਤੇ ਸਭ ਥੋਕ, ਆਖੇ ਮੈਂ ਸਾਰੀਆਂ ਦਾਤਾਂ ਵਾਹਿਗੁਰੂ ਪ੍ਰਮਾਤਮਾ ਕੋਲੋਂ ਮੰਗਦਾ ਹਾਂ। ਭਗਤਾਂ ਦੀ ਬਾਣੀ ਜਿਹੜੀ ਹੈ ਉਹ ਵੀ ਇੱਕ ਦੀ ਗੱਲ ਕਰਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦ੍ਰਿੜ ਕਰਵਾਇਆ, ਭਗਤਾਂ ਦੀ ਬਾਣੀ ਇਕੱਤਰਿਤ ਕੀਤੀ ਹੈ, ਉਹ ਵੀ ਸਾਰੀ ਇੱਕੇ ਫਲਸਫੇ ਨਾਲ ਸੰਬੰਧਿਤ ਹੈ ਕਿ ਬ੍ਰਹਮ ਇੱਕ ਹੈ ਔਰ ਉਹਦੇ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ। ਅਦੁੱਤੀ ਹੈ ਬ੍ਰਹਮ, ਅਨੂਪ ਹੈ ਬ੍ਰਹਮ, ਔਰ ਉਹਦੇ ਜੈਸਾ ਹੋਰ ਕੋਈ ਵੀ ਨਹੀਂ ਹੈ, ਔਰ ਉਹ ਇੱਕ ਹੀ ਹੈ, ਦੋ ਤਿੰਨ ਚਾਰ ਪੰਜ ਨਹੀਂ ਹਨ, ਇੱਕ ਪਰਮਾਤਮਾ। ਉਹ ਮਨੁੱਖ ਜਿਹੜਾ ਹੈ ਉਹ ਸਿਰਫ ਇੱਕ ਨੂੰ ਮੰਨਦਾ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਪਤਾ ਲੱਗ ਜਾਏਗਾ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ। ਮਿਲਾਵਟੀ ਦਾ ਵੀ ਪਤਾ ਲੱਗ ਜਾਏਗਾ ਇਹ ਮਿਲਾਵਟ ਵਾਲਾ ਹੈ, ਕਿਉਂਕਿ ਉਹਦੇ ਚੋਂ ਮਿਲਾਵਟ ਝਲਕਦੀ ਹੈ। ਹੁਣ ਮੈਂ ਅੱਗੇ ਹੋਰ ਬੇਨਤੀ ਕਰਾਂ ਵੀ ਉਹ ਦਾਤਾ ਹੈ, ਸਭ ਦਾਤਾ ਉਹ ਹੀ ਦਿੰਦਾ ਹੈ। ਉਹ ਕਿਸੇ ਕਬਰ ਤੇ ਨਹੀਂ ਜਾਏਗਾ, ਕਿਸੇ ਮੜੀ ਤੇ ਨਹੀਂ ਜਾਏਗਾ, ਕਿਸੇ ਸਮਾਧ ਤੇ ਨਹੀਂ ਜਾਏਗਾ। ਮੈਂ ਇੱਥੇ ਇੱਕ ਹੋਰ ਵਿੱਚ ਬੇਨਤੀ ਕਰਾਂ, ਧਿਆਨ ਚ ਆ ਗਈ, ਜਿਹੜਾ ਪਿੱਤਰਾਂ ਦੀ ਪੂਜਾ ਕਰੇ ਵੱਡੇ ਵਡੇਰਿਆਂ ਦੀ, ਉਹ ਵੀ ਸਿੱਖ ਨਹੀਂ ਉਹ ਤੇ ਹਿੰਦੂ ਹੈ, ਹਿੰਦੂ ਜਿਹੜੇ ਨੇ ਉਹ ਵੱਡੇ ਵਡੇਰਿਆਂ ਦੀ ਪੂਜਾ ਕਰਦੇ ਹਨ। ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗਿਆ ਜੀਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਦੇਹੀ। ਸਰ ਜੀਉ ਕਾਟੇ ਨਿਰਜੀਉ ਪੂਜੇ ਅੰਤ ਕਾਲ ਕੋ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ।
ਜਠੇਰੇ ਜਿਹਨੂੰ ਕਿਹਾ ਜਾਂਦਾ, ਜਠੇਰਿਆਂ ਦੀ ਪੂਜਾ। ਤੋ ਮੈਂ ਵੇਖਦਾ ਹੁਸ਼ਿਆਰਪੁਰ ਦੇ ਅੰਦਰ, ਜਲੰਧਰ ਦੇ ਅੰਦਰ ਬੜੇ ਹੀ ਜਠੇਰਿਆਂ ਦੀਆਂ ਮੱਟੀਆਂ ਬਣਾਈਆਂ ਨੇ। ਹੁਣ ਕੀ ਕੀਤਾ ਗਿਆ, ਉਹਨਾਂ ਜਠੇਰਿਆਂ ਦੇ ਸਥਾਨਾਂ ਨੂੰ ਗੁਰਦੁਆਰੇ ਚ ਤਬਦੀਲ ਕਰ ਦਿੱਤਾ ਗਿਆ ਹੈ ਜਠੇਰਿਆਂ। ਤੋ ਜਠੇਰਿਆਂ ਦੀ ਪੂਜਾ ਸਿੱਖ ਧਰਮ ਚ ਨਹੀਂ ਹੈ, ਹਿੰਦੂ ਧਰਮ ਚ ਹੈ। ਉਹ ਆਪਣੇ ਜਠੇਰਿਆਂ ਦੀ ਪੂਜਾ ਕਰਦੇ ਨੇ, ਜਦੋਂ ਉਹਨਾਂ ਦੇ ਬੱਚਿਆਂ ਦਾ ਵਿਆਹ ਹੁੰਦਾ ਤੇ ਜਠੇਰਿਆਂ ਦੇ ਮੱਥਾ ਟਿਕਾ ਕੇ ਆਉਂਦੇ ਨੇ। ਇਹ ਸਿੱਖ ਰੀਤੀ ਨਹੀਂ ਹੈ, ਇਹ ਹਿੰਦੂ ਰੀਤੀ ਹੈ। ਇਹ ਹਿੰਦੂਆਂ ਦੇ ਨਿਯਮ ਹਨ, ਉਹ ਜਠੇਰਿਆਂ ਦੀ ਵੱਡੇ ਵਡੇਰਿਆਂ ਦੀ ਪੂਜਾ ਕਰਦੇ ਹਨ। ਸਿੱਖ ਧਰਮ ਵਿੱਚ ਕੋਈ ਵੱਡੇ ਵਡੇਰਿਆਂ ਦੀ ਪੂਜਾ ਨਹੀਂ ਹੈ। ਔਰ ਇੱਥੇ ਨਾਲ ਦੀ ਨਾਲ ਮੈਂ ਬੋਲਾਂ, ਸ਼ਰਾਧ ਕਰਨੇ ਵੀ ਹਿੰਦੂ ਮਰਿਆਦਾ ਹੈ, ਸਿੱਖ ਮਰਿਆਦਾ ਨਹੀਂ ਹੈ ਕਿ ਆਪਣੇ ਵੱਡੇ ਵਡੇਰੇ ਮਰ ਚੁੱਕਿਆਂ ਦੀਆਂ ਬਰਸੀਆਂ ਮਨਾਓ, ਬਰੀਨਾ ਕਰੋ। ਇਹ ਬਰੀਨੇ ਦੀ ਮਰਿਆਦਾ ਜਿਹੜੀ ਨਿਯਮ ਹੈ, ਵੀ ਸਨਾਤਨ ਮਤ ਦਾ ਨਿਯਮ ਹੈ, ਸਿੱਖ ਧਰਮ ਦਾ ਕੋਈ ਨਿਯਮ ਨਹੀਂ ਹੈ। ਪਰ ਤੁਸੀਂ ਵੇਖੋਗੇ ਸਾਡੀ ਬਹੁ ਗਿਣਤੀ ਤਾਂ ਇਹਦੇ ਵਿੱਚ ਹੀ ਬਹਿ ਗਈ ਹੈ, ਬਰਸੀਆਂ ਦੇ ਵਿੱਚ ਹੀ ਬਰਸੀਆਂ ਮਨਾਈ ਜਾਂਦੇ ਬਜ਼ੁਰਗਾਂ ਦੀਆਂ, ਸ਼ਰਾਧ ਕਰੀ ਜਾਂਦੇ ਕਈ। ਇਹ ਸਾਰੀਆਂ ਰੀਤੀਆਂ ਜਿਹੜੀਆਂ ਹਨ ਸਿੱਖ ਧਰਮ ਦੀਆਂ ਨਹੀਂ। ਜੇ ਹੁਣ ਕੋਈ ਬੀਬੀ ਵਿਆਹ ਤੋਂ ਬਾਅਦ ਕਰਵਾ ਚੌਥ ਦਾ ਵਰਤ ਰੱਖਦੀ ਹੈ ਤੇ ਪਤਾ ਲੱਗੇਗਾ ਵੀ ਇੱਥੇ ਬ੍ਰਾਹਮਣ ਦਾ ਛਾਇਆ ਹੈ, ਬ੍ਰਾਹਮਣ ਦਾ, ਗੁਰੂ ਨਾਨਕ ਦਾ ਛਾਇਆ ਹੁੰਦਾ ਤੇ ਇਹ ਕਰਵਾ ਚੌਥ ਦੇ ਵਰਤ ਦੇ ਭੁਲੇਖੇ ਚ ਨਾ ਪੈਂਦੀ। ਜੇ ਕਰਵਾ ਚੌਥ ਦਾ ਭੁਲੇਖਾ ਪਿਆ ਤੇ ਇੱਥੇ ਬ੍ਰਾਹਮਣ ਦਾ ਇਹਦੇ ਘਰੇ ਡੇਰਾ ਜ਼ਰੂਰ ਹੈ। ਇਹਦੇ ਅੰਦਰ ਬ੍ਰਾਹਮਣੀ ਸੋਚ ਹੋਵੇਗੀ ਕਿ ਪਤੇ ਦੀ ਲੰਬੀ ਉਮਰ ਹੋ ਜਾਂਦੀ ਹੈ ਜੇ ਵਰਤ ਰੱਖੋ ਤੇ। ਇਹ ਸਿੱਖ ਨਹੀਂ ਹੈ, ਪਤਾ ਲੱਗੇਗਾ ਮਿਲਾਵਟੀ ਸਿੱਖ ਹੈ। ਅਸਲੀ ਸਿੱਖ ਹੁੰਦਾ ਤੇ ਉਹ ਵਰਤ ਨਹੀਂ ਸੀ ਬੀਬੀ ਰੱਖਦੀ, ਨਾ ਉਹ ਰੱਖਣ ਦਿੰਦਾ ਉਹਦਾ ਘਰ ਵਾਲਾ, ਵੀ ਨਾ ਮੇਰੀ ਉਮਰ ਇਉਂ ਕਿਵੇਂ ਵੱਧ ਜਾਏਗੀ। ਉਮਰ ਤੇ ਉਤਨੀ ਹੀ ਮਿਲਣੀ ਹੈ ਜਿੰਨੀ ਹੈ, ਨਾ ਘਟਦੀ ਹੈ ਨਾ ਵੱਧਦੀ ਹੈ, ਜਿੰਨੇ ਸੰਯੋਗ ਵਿਯੋਗ ਉਨੇ ਰਹਿਣੇ ਨੇ। ਮੈਂ ਬੇਨਤੀ ਕਰਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਵਰਤ ਰੱਖਦੀਆਂ ਨੇ ਬੀਬੀਆਂ, ਫਿਰ ਤਾਂ ਉਹਨਾਂ ਦੇ ਪਤੀ ਕਦੇ ਉਹਨਾਂ ਤੋਂ ਪਹਿਲਾਂ ਮਰਨੇ ਨਹੀਂ ਚਾਹੀਦੇ, ਜਦੋਂ ਕਿ ਐਸਾ ਹੈ ਹੀ ਨਹੀਂ, ਐਸਾ ਤੇ ਹੈ ਹੀ ਨਹੀਂ। ਇਹ ਬ੍ਰਾਹਮਣ ਨੇ ਲੁੱਟਣ ਵਾਸਤੇ ਕੁਝ ਸਾਧਨ ਬਣਾਏ ਸੀ, ਔਰ ਗੁਰੂ ਨਾਨਕ ਨੇ ਸਾਨੂੰ ਉਸ ਲੁੱਟ ਤੋਂ ਬਚਾਇਆ ਤੇ ਸਾਡੇ ਵੱਡੇ ਵਡੇਰੇ ਆ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕੀਤਾ। ਪਰ ਵਿੱਚੋਂ ਵਿੱਚੋਂ ਸਾਡੇ ਚੋਂ ਫਿਰ ਕਈਆਂ ਨੇ ਉਹ ਸਨਾਤਨ ਮਤ ਦੀ ਵਿਚਾਰਧਾਰਾ ਨੂੰ ਅਪਣਾਈ ਰੱਖਿਆ, ਉਹ ਸਨਾਤਨੀਆਂ ਨਾਲ ਹੀ ਚੰਬੜੇ ਰਹੇ। ਤਾਂ ਮੈਂ ਬੇਨਤੀ ਕਰਾਂ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ, ਉਹ ਸਨਾਤਨੀ ਹੋਵੇਗਾ ਜਿਹੜਾ ਵਰਤ ਵੀ ਰੱਖਦਾ ਹੋਵੇ। ਹੋਰ ਮੈਂ ਬੇਨਤੀ ਕਰਾਂ, ਕਿਉਂਕਿ ਇਹ ਵਿਚਾਰ ਚੱਲੀਏ ਤੇ ਅੱਗੇ ਅੱਗੇ ਹੋਰ ਵਿੱਚ ਵਿਚਾਰਾਂ ਆਈ ਜਾਂਦੀਆਂ ਨੇ। ਤੋ ਹੱਥ ਦੇ ਉੱਤੇ ਰੱਖੜੀ ਬਣਾਉਣੀ ਭੈਣ ਕੋਲੋਂ, ਇਹ ਸਿੱਖ ਧਰਮ ਦਾ ਨਿਯਮ ਹੈ ਕਿ ਹਿੰਦੂ ਧਰਮ ਦਾ ਨਿਯਮ ਹੈ? ਕਦੇ ਕੋਈ ਮੁਸਲਮਾਨ ਤੁਸੀਂ ਵੇਖਿਆ ਰੱਖੜੀ ਬੰਨਦਾ? ਕਦੇ ਕੋਈ ਈਸਾਈ ਵੇਖਿਆ ਬੰਨਦਾ? ਹਿੰਦੂਆਂ ਤੋਂ ਬਣੇ ਈਸਾਈ ਤੇ ਮੁਸਲਮਾਨ ਕਦੇ ਰੱਖੜੀ ਨਹੀਂ ਬੰਨਦੇ, ਪਰ ਅਸੀਂ ਗੁਰੂ ਕੇ ਕਹਾਉਣ ਵਾਲੇ ਹਿੰਦੂ ਧਰਮ ਨੂੰ ਛੱਡ ਕੇ ਸਿੱਖ ਬਣੇ, ਪਰ ਸਾਡੇ ਚੋਂ ਬਹੁ ਗਿਣਤੀ ਜਿਹੜੀ ਹੈ ਉਹ ਰੱਖੜੀਆਂ ਬਣਾਈ ਫਿਰਦੇ। ਇਹ ਰੱਖੜੀ ਦੀ ਮਰਿਆਦਾ, ਰੱਖੜੀ ਦਾ ਨਿਯਮ ਹਿੰਦੂ ਧਰਮ ਦਾ ਹੈ, ਨਾ ਕਿ ਸਿੱਖਾਂ ਦਾ। ਕਈ ਸਵਾਲ ਕਰਦੇ ਜੀ ਗੁਰੂ ਨਾਨਕ ਸਾਹਿਬ ਦੇ ਫੋਟੋ ਦੇਖੀ ਅਸੀਂ ਭੈਣ ਨਾਨਕੀ ਬਣ ਰਹੀ ਹੈ, ਉਹ ਭਲੇ ਉਹ ਜਿਸ ਨੇ ਜਨੇਊ ਨਹੀਂ ਪੁਣਾ ਪਹਿਨਾਇਆ, ਉਹਨੇ ਰੱਖੜੀ ਕਿਵੇਂ ਬਣਾਈ ਹੋਏਗੀ? ਰੱਖੜੀ ਕਿਵੇਂ ਬਣਾਈ ਹੋਏਗੀ? ਉਹ ਤੇ ਔਰਤ ਨੂੰ ਨੀਵਾ ਵੇਖਣਾ ਹੀ ਨਹੀਂ ਚਾਹੁੰਦੇ ਹਨ, ਉਹ ਤੇ ਆ ਕੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਜਿਸ ਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ, ਐਸੇ ਮਹਾਨ ਪੁਰਖਾਂ ਨੂੰ ਜਨਮ ਦਿੱਤਾ, ਉਸ ਨੂੰ ਤੁਸੀਂ ਕਿਵੇਂ ਨੀਵਾ ਕਹਿੰਦੇ ਹੋ? ਉਹ ਨੀਵੀਂ ਨਹੀਂ ਹੈ।
ਤੇ ਉਹ ਰੱਖੜੀ ਬਣਾਉਂਦੇ ਤੇ ਉਹ ਨੀਵਾਂਬੰਨ ਹੋ ਜਾਣਾ ਸੀ ਭੈਣ ਦਾ, ਵੀ ਹਾਂ ਇਹਦੀ ਰੱਖਿਆ ਕਰਨੀ ਪੈ ਕਰੇ, ਇਹ ਰੱਖਿਆ ਆਪਣੀ ਆਪ ਨਹੀਂ ਕਰ ਸਕਦੀ। ਔਰ ਇਹ ਰੱਖਿਆ ਦਾ ਬੰਧਨ ਹੈ, ਇਹ ਔਰਤ ਨੂੰ ਨੀਵਿਆਂ ਦਿਖਾਉਣ ਵਾਲਾ ਕੰਮ ਹੈ ਕਿ ਤੂੰ ਆਪਣੀ ਰੱਖਿਆ ਆਪ ਨਹੀਂ ਜੇ ਕਰ ਸਕਦੀ, ਤੇਰਾ ਭਰਾ ਹੀ ਰੱਖਿਆ ਕਰੇਗਾ। ਇੱਥੇ ਔਰਤ ਨੂੰ ਨੀਵਾਂ ਦਰਸਾਇਆ ਤੇ ਮਰਦ ਨੂੰ ਉੱਚਾ ਦਰਸਾਇਆ ਗਿਆ ਕਿ ਮਰਦ ਤਾਕਤਵਰ ਹੈ, ਤੇਰੇ ਚ ਤਾਕਤ ਕੋਈ ਨੀ, ਤੂੰ ਆਪਣੀ ਰੱਖਿਆ ਕਰ ਸਕਦੀ ਹੋਵੇ। ਇਹ ਹਿੰਦੂ ਧਰਮ ਦੀ ਫਿਲਾਸਫੀ ਹੈ, ਸਿੱਖ ਧਰਮ ਦਾ ਨਿਯਮ ਨਹੀਂ ਹੈ। ਗੁਰੂ ਨੇ ਔਰਤ ਨੂੰ ਇਸ ਨਾਲ ਉੱਚਾ ਚੁੱਕਿਆ, ਉਹਨੂੰ ਸ਼ਸਤਰ ਧਾਰੀ ਕੀਤਾ, ਤੂੰ ਆਪਣੀ ਰੱਖਿਆ ਆਪ ਕਰ। ਮੈਂ ਬੇਨਤੀ ਕਰਾਂ, ਰੱਖੜੀਆਂ ਬਣਾਉਣ ਵਾਲੇ ਨੇ ਤੇ ਆਪਣੀਆਂ ਭੈਣਾਂ ਦੀ ਰੱਖਿਆ ਨਾ ਕੀਤੀ ਜਦੋਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਦੇ ਵਿਕੀਆਂ, ਉਦੋਂ ਤਾਂ ਇਹਨਾਂ ਨੇ ਰੱਖਿਆ ਨਾ ਕੀਤੀ। ਔਰ ਉਦੋਂ ਰੱਖਿਆ ਕੀਤੀ ਗੁਰੂ ਕੇ ਖਾਲਸਿਆਂ ਨੇ, ਜਿਹਨਾਂ ਨੇ ਇਹਨਾਂ ਕੋਲ ਕਦੇ ਰੱਖੜੀਆਂ ਨਹੀਂ ਬਣਾਈਆਂ ਸੀ, ਔਰ ਇਹਨਾਂ ਨੂੰ ਛਡਾ ਕੇ ਜ਼ਰਵਾਣਿਆਂ ਦੇ ਕੋਲੋਂ ਇਹਨਾਂ ਦੇ ਘਰੀ ਘਰੀ ਪਹੁੰਚਾਇਆ। ਤਾਂ ਪਤਾ ਲੱਗੇਗਾ ਜਿਹੜਾ ਰੱਖੜੀ ਬਣਾਉਂਦਾ ਇਹਦੇ ਤੇ ਸਨਾਤਨ ਮਤ ਛਾਇਆ ਹੋਇਆ ਹੈ, ਇਹਦੇ ਅੰਦਰ ਬ੍ਰਾਹਮਣ ਦਿਖਾਈ ਪੈਂਦਾ, ਗੁਰੂ ਨਾਨਕ ਦਿਸਦਾ ਨਹੀਂ ਹੈ। ਔਰ ਫਿਰ ਦੇਖੋ ਜਿਹੜਾ ਮਨੁੱਖ ਜੋਤਿਸ਼ ਦੇ ਚੱਕਰ ਵਿੱਚ ਪੈ ਗਿਆ, ਜਿਹਦੇ ਹੱਥਾਂ ਦੇ ਉੱਤੇ ਪਈਆਂ ਹੋਈਆਂ ਪੱਥਰਾਂ ਦੀਆਂ ਗੁੱਠੀਆਂ ਦਿਖਾਈ ਪੈਂਦੀਆਂ ਨੇ, ਉਹਦੇ ਚੋਂ ਵੀ ਬ੍ਰਾਹਮਣ ਝਲਕਦਾ ਹੈ, ਗੁਰੂ ਨਾਨਕ ਝਲਕਦੇ ਨਹੀਂ ਹਨ। ਗੁਰੂ ਨਾਨਕ ਨੇ ਵਿਸ਼ਵਾਸ ਕਰਦੇ ਜੋਤਿਸ਼ ਤੇ, ਗੁਰੂ ਨਹੀਂ ਵਿਸ਼ਵਾਸ ਕਰਦੇ ਪੱਥਰਾਂ ਤੇ। ਗੁਰੂ ਦਾ ਸਿੱਖ ਕਦੇ ਪੱਥਰ ਨਹੀਂ ਪਾਏਗਾ, ਪਰ ਜਿਹਦੇ ਉਂਗਲੀਆਂ ਚ ਪੱਥਰ ਦਿਖਾਈ ਪੈਂਦੇ ਨੇ ਨਾ, ਉਹ ਸਮਝ ਲਓ ਬ੍ਰਾਹਮਣ ਦੇ ਜਾਲ ਵਿੱਚ ਫਸਿਆ ਹੋਇਆ ਹੈ। ਉਹ ਬ੍ਰਾਹਮਣ ਦਾ ਸਿੱਖ ਤੇ ਹੋ ਸਕਦਾ, ਪਰ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਜਿਹਦੇ ਹੱਥ ਚ ਪਈਆਂ ਹੋਈਆਂ ਮੁੰਦਰੀਆਂ ਦਿਖਾਈ ਦੇਣ ਪੱਥਰਾਂ ਵਾਲੀਆਂ, ਪਤਾ ਵੀ ਇਹ ਬ੍ਰਾਹਮਣ ਕੋਲ ਜਾਂਦਾ ਹੈ। ਇਹ ਪੁੱਛਾ ਲੈਂਦਾ ਵੀ ਦੱਸੋ ਮੇਰਾ ਭਵਿੱਖ ਕਿੱਦਾਂ ਲੰਘੇਗਾ, ਇਹ ਜਾਂਦਾ ਪੁੱਛਣ ਵਾਸਤੇ ਮੇਰੀ ਧੀ ਦੇ ਕਦੋਂ ਸਾਗ ਕਦੋਂ ਹੋਏਗਾ, ਪੁੱਤਰ ਦਾ ਸਾਗ ਕਦੋਂ ਖੁੱਲੇਗਾ, ਮੈਂ ਕਿਹੜਾ ਕੰਮ ਕਰਾਂ ਕਿਹੜਾ ਨਾ ਕਰਾਂ। ਇਹ ਜੋਤਿਸ਼ੀਆਂ ਦੇ ਚੱਕਰਾਂ ਚ ਪਿਆ ਹੋਇਆ। ਇਹਦੇ ਨਾਲ ਮੈਂ ਇੱਕ ਹੋਰ ਵਿਚਾਰ ਕਰਾਂ, ਜਿਸ ਸਿੱਖ ਦੇ ਗਲੇ ਦੇ ਵਿੱਚ ਮਾਲਾ ਦਿਖਾਈ ਪਵੇ, ਗਲੇ ਦੇ ਵਿੱਚ ਮਾਲਾ ਦਿਖਾਈ ਪਵੇ, ਉਹਦੇ ਵਿੱਚੋਂ ਵੀ ਗੁਰੂ ਨਾਨਕ ਦਿਖਾਈ ਨਹੀਂ ਪੈਂਦਾ, ਕੀ ਦਿਖਾਈ ਪਏਗਾ, ਬਾਹਮਣ ਹੀ ਪਏਗਾ, ਕਿਉਂਕਿ ਬਾਹਮਣ ਮਾਲਾ ਪਾਉਂਦੇ। ਗੁਰੂ ਸਾਹਿਬ ਨਾ ਤੇ ਆਪ ਮਾਲਾ ਪਕੜਦੇ ਸੀ ਨਾ ਮਾਲਾ ਪਾਉਂਦੇ ਸੀ, ਉਹ ਵੱਖਰੀ ਗੱਲ। ਚਿੱਤਰਕਾਰਾਂ ਨੇ ਚਿੱਤਰ ਬਣਾਉਂਦਿਆਂ ਹੋਏ ਆ ਨਕਲੀ ਗੁਰੂ ਸਾਹਿਬ ਦੇ, ਦੇਖੋ ਪਾ ਦਿੱਤੀਆਂ ਗਲਾਂ ਚ ਮਾਲਾ, ਹੱਥ ਚ ਮਾਲਾ ਫੜਾ ਦਿੱਤੀਆਂ, ਉਹਦੇ ਵਿਰੋਧੀ ਸਨ ਮਾਲਾ ਦੇ। ਉਹ ਗੁਰੂ ਨਾਨਕ ਸਾਹਿਬ ਜੀ ਮਾਲਾ ਦੇ ਵਿਰੋਧੀ ਸਨ, ਬਾਣੀ ਦੇ ਵਿੱਚ ਪੰਗਤੀਆਂ ਨੇ ਸਾਹਿਬ ਆ ਕੇ, ਹਰ ਹਰ ਅੱਖਰ ਦੋਏ ਇਹ ਮਾਲਾ, ਤੇ ਸਾਡੇ ਵਾਸਤੇ ਪ੍ਰਮਾਤਮਾ ਦੇ ਦੋਆ ਅੱਖਰ ਨਾਮ ਦੇ ਜਿਹੜੇ ਹਨ ਇਹੀ ਮਾਲਾ ਹੈ, ਹੋਰ ਹੀ ਮਾਲਾ ਕੋਈ ਰੱਖਦੇ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੂੰ ਤੇ ਬਾਹਮਣਾਂ ਨੇ ਘੇਰਨਾ ਹੀ ਇਸ ਤਰ੍ਹਾਂ ਚਾਹਿਆ ਵੀ ਅਸੀਂ ਸਿੱਧ ਕਰੀਏ ਇਹ ਸੱਚਾ ਸਾਧੂ ਹੀ ਨਹੀਂ, ਕਿਉਂਕਿ ਸਾਧੂ ਦੇ ਕੋਲ ਸਾਲਗ੍ਰਾਮ ਹੁੰਦਾ ਹੈ ਤੇ ਤੁਲਸੀ ਦੀ ਮਾਲਾ ਹੁੰਦੀ ਹੈ, ਤੇ ਇਹਨਾਂ ਕੋਲ ਉਹ ਹੈ ਨਹੀਂ। ਤੇ ਗੁਰੂ ਸਾਹਿਬ ਨੇ ਆਖਿਆ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕਰਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ ਦਇਆ ਕਰੇ ਦੇ ਅੱਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਢਹਿਕ ਦਵਾਲ ਕਾਹੇ ਗੱਜ ਲਾਵੋ। ਗੁਰੂ ਨਾਨਕ ਸਾਹਿਬ ਨੇ ਖਰੀਆਂ ਖਰੀਆਂ ਗੱਲਾਂ ਆਖੀਆਂ ਵੀ ਸਾਈ ਸਾਲਗ੍ਰਾਮ ਕਿਹਨੂੰ ਸਮਝਦੇ, ਪ੍ਰਭੂ ਦੀ ਭਗਤੀ ਕਰਨ ਨੂੰ ਹੀ ਸਾਲਗ੍ਰਾਮ ਮੰਨਦੇ ਹਾਂ। ਬਿਪ ਦਾ ਅਰਥ ਹੁੰਦਾ ਬਿਪਰ, ਬਿਪਰ ਤੋਂ ਭਾਵ ਬ੍ਰਾਹਮਣ। ਸਾਲਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਸਾਡੇ ਵਾਸਤੇ ਤੁਲਸੀ ਦੀ ਮਾਲਾ ਤੇ ਇਹ ਹੈ ਚੰਗੀ ਕਿਰਤ ਕਰਨੀ, ਇਹਨੂੰ ਅਸੀਂ ਚੰਗੇ ਕਰਮਾਂ ਨੂੰ ਮਾਲਾ ਸਮਝਦੇ ਹਾਂ।
ਔਰ ਗੁਰਬਾਣੀ ਚ ਤੇ ਨਿਖੇਧੀ ਕੀਤੀ ਗਈ ਹੈ, ਪਰ ਸਾਡੇ ਬਹੁਤ ਸਾਰੇ ਆਪਣੇ ਆਪ ਨੂੰ ਸਾਧੂ ਕਹਾਉਣ ਵਾਲੇ ਤੇ ਮਾਲਾ ਫੜੀ ਫਿਰਦੇ ਨੇ ਤੇ ਮਾਲਾ ਹੀ ਸੰਗਤਾਂ ਨੂੰ ਫੜਾਈ ਜਾਂਦੇ ਨੇ, ਮਾਲਾ ਸੰਗਤਾਂ ਨੂੰ ਫੜਾਈ ਜਾਂਦੇ, ਇੰਨੀਆਂ ਮਾਲਾ ਫੇਰੋ ਜੀ, ਆਹ ਕਰੋ ਜੀ, ਆਹ ਕਰੋ ਜੀ, ਦੱਸੋ ਮਾਲਾ ਫੇਰਿਆ ਕੀ ਹੋਏਗਾ, ਗਿਣਤੀ ਕੀਤੇ ਆ। ਜੀਵਨ ਨੂੰ ਸਮਝਣਾ ਚਾਹੀਦਾ ਹੈ ਗੁਰਬਾਣੀ ਰਾਹੀਂ ਜੀਵਨ ਕੀ, ਔਰ ਉਹ ਗਿਣਤੀ ਮਿਣਤੀ ਚ ਪਾਈ ਜਾਂਦੇ ਨੇ, ਇੰਨੀ ਮਾਲਾ ਮੂਲ ਮੰਤਰ ਦੀ ਫੇਰੋ, ਇੰਨੀ ਗੁਰਮੰਤਰ ਦੀ ਫੇਰੋ, ਆਹ ਸ਼ਬਦ ਇੰਨੀ ਵਾਰੀ ਪੜੋ, ਇਹ ਪਾਸੇ ਮੂੰਹ ਕਰਕੇ ਕਰੋ, ਇੱਦਾਂ ਕਰੋ, ਉਦਾ ਕਰੋ। ਉਹ ਆਪ ਵੀ ਭਰਮਾਂ ਚ ਪਏ, ਲੋਕਾਂ ਨੂੰ ਵੀ ਭਰਮਾਂ ਚ ਪਾਈ ਜਾਂਦੇ ਹਨ। ਉਹਨਾਂ ਦੇ ਵਿੱਚੋਂ ਬ੍ਰਾਹਮਣ ਦਿਖਾਈ ਪੈਂਦਾ ਹੈ, ਗੁਰੂ ਨਾਨਕ ਦਿਖਾਈ ਨਹੀਂ ਪੈਂਦੇ ਹਨ। ਪਤਾ ਲੱਗ ਜਾਏਗਾ ਇਹ ਗੁਰੂ ਨਾਨਕ ਦਾ ਸਿੱਖ ਨਹੀਂ, ਤੇ ਮਿਲਾਵਟੀ ਜਿਹਾ ਸਿੱਖ ਹੈ, ਬਾਹਰੋਂ ਸਰੂਪ ਤੇ ਸਿੱਖਾਂ ਵਰਗਾ ਹੀ ਹੈ ਇਹਦਾ, ਪਰ ਇਹਦੇ ਜਿਹੜੀ ਅੰਦਰ ਵਿਚਾਰ ਹੈ ਉਹ ਗੁਰੂ ਨਾਨਕ ਦੀ ਵਿਚਾਰ ਨਹੀਂ, ਇਹ ਮੇਰੇ ਗੋਭਾ ਵਿਚਾਰ ਹੈ, ਇਹ ਤੇ ਬ੍ਰਾਹਮਣ ਦਾ ਪ੍ਰਭਾਵਿਤ ਕੀਤਾ ਹੋਇਆ ਹੈ। ਔਰ ਤੁਸੀਂ ਫਿਰ ਅੱਗੇ ਚਲੋ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਆਖਿਆ, ਉਹ ਆਖਦੇ ਨੇ, ਸਿੱਖ ਹੋਏ ਆਣ ਦੇਵ ਸੇਵ ਟੇਵ ਗਹਿ ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਤੇ ਗੁਰੂ ਦਾ ਸਿੱਖ ਵੀ ਹੋਵੇ, ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਵੀ ਕਰਦਾ ਹੋਵੇ, ਔਰ ਟੇਵੇ ਵੀ ਲਾਉਂਦਾ ਹੋਵੇ ਜਾ ਕੇ ਬ੍ਰਾਹਮਣ ਦੇ ਕੋਲੋਂ, ਸਹਿ ਜਮ ਡੰਡ। ਹੁਣ ਜਮ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਜਮ ਦਾ ਅਰਥ ਹੁੰਦਾ ਮੌਤ, ਉਹ ਹਰ ਸਮੇਂ ਮੌਤ ਦੇ ਸਹਿਮ ਚ ਰਹੇਗਾ। ਮੌਤ ਵੀ ਅੱਗੋ ਦੋ ਪ੍ਰਕਾਰ ਦੀ, ਇੱਕ ਸਰੀਰ ਦੀ ਮੌਤ, ਇੱਕ ਆਤਮਕ ਮੌਤ। ਉਹ ਹਰ ਸਮੇਂ ਵਿਕਾਰਾਂ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ, ਡਰਿਆ ਰਹਿੰਦਾ ਹੈ। ਤ੍ਰਿਗ ਜੀਵਨ ਸੰਸਾਰ ਹੈ, ਉਹ ਸੰਸਾਰ ਵਿੱਚ ਜਿਹੜਾ ਜੀਵਨ ਬਤੀਤ ਕਰਦਾ ਹੈ ਤ੍ਰਿਕਾਰ ਯੋਗ ਜੀਵਨ ਹੈ, ਕੋਈ ਸੁਚੱਜੀ ਜ਼ਿੰਦਗੀ ਨਹੀਂ, ਚੰਗੀ ਜ਼ਿੰਦਗੀ ਨਹੀਂ। ਗੁਰੂ ਨਾਨਕ ਦਾ ਸਿੱਖ ਜਿਹੜਾ ਹੈ ਉਹ ਇੱਕ ਦਾ ਉਪਾਸਕ ਹੈ, ਇੱਕ ਨੂੰ ਹੀ ਮੰਨਦਾ। ਫਿਰ ਅਗਲੀ ਗੱਲ ਇਹ ਹੈ ਕਿ ਉਹ ਉਸ ਇੱਕ ਨੂੰ ਕਿਸੇ ਵਿਸ਼ੇਸ਼ ਸਥਾਨ ਤੇ ਨਹੀਂ ਮੰਨਦਾ, ਇਹ ਵੀ ਸਮਝੋ। ਰੱਬ ਜੀ ਕਿਤੇ ਸੱਤਵੇਂ ਅਸਮਾਨ ਤੇ ਨਹੀਂ ਬੈਠੇ ਹੋਏ, ਉਹ ਸੱਤਵੇਂ ਅਸਮਾਨ ਤੇ ਜੇ ਸਮਝੀਓ ਤੇ ਇਸਲਾਮ ਵਾਲੇ ਮੰਨਦੇ ਨੇ, ਮੁਹੰਮਦ ਸਾਹਿਬ ਉਹ ਕਹਿੰਦੇ ਨੇ ਰੱਬ ਜਿਹੜਾ ਸੱਤਵੇਂ ਅਸਮਾਨ ਤੇ ਬੈਠਾ ਹੋਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਵੀ ਨਹੀਂ ਪਲਿਓ, ਉਹ ਤੇ ਸਭ ਜਗ੍ਹਾ ਹੀ ਵਿਆਪਕ ਹੈ, ਕੋਈ ਐਸੀ ਜਗ੍ਹਾ ਹੀ ਨਹੀਂ ਜਿੱਥੇ ਰੱਬ ਨਾ ਹੋਵੇ। ਉਹ ਮਹਾਰਾਜ ਜੀ ਆਖਦੇ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰੇ ਨਾਨਕ ਏਕ ਅੰਕਾਰ। ਵੀ ਉਹ ਸਰਵ ਵਿਆਪਕ ਹੈ, ਉਹ ਅੰਕਾਰ ਦਾ ਅਰਥ ਹੈ ਸਰਵ ਵਿਆਪਕ, ਜੋ ਕਿਸੇ ਵਿਸ਼ੇਸ਼ ਸਥਾਨ ਤੇ ਨਹੀਂ ਹੈ। ਔਰ ਜਿੱਥੇ ਇਸਲਾਮ ਵਾਲੇ ਇਹ ਮੰਨਦੇ ਨੇ ਕਿ ਉਹ ਸੱਤਵੇਂ ਅਸਮਾਨ ਤੇ ਹੈ, ਦੂਸਰਾ ਉਹ ਮੰਨਦੇ ਨੇ ਵੀ ਸਿਰਫ ਕਾਬੇ ਦੇ ਵਿੱਚ ਰੱਬ ਵੱਸਦਾ, ਬਾਕੀ ਕਿਤੇ ਨਹੀਂ ਰਹਿੰਦਾ। ਇਹ ਕਰਕੇ ਜਦੋਂ ਉਹ ਸਿਜਦਾ ਕਰਦੇ ਨੇ ਤੇ ਪੱਛਮ ਨੂੰ ਕਰਦੇ ਨੇ, ਪੱਛਮ ਵਾਲੇ ਪਾਸੇ ਨੂੰ ਸਿਜਦਾ ਕਰਦੇ ਨੇ। ਪਰ ਗੁਰੂ ਸਾਹਿਬ ਨੇ ਤੇ ਸਾਨੂੰ ਸਮਝਾਇਆ ਉਹ ਤੇ ਚਾਰ ਸਪੇਰੇ ਹੀ ਹੈ। ਅਜੇ ਵੀ ਕਈ ਸਾਡੇ ਵਿੱਚੋਂ ਵੀਰ ਭਰਮ ਕਰਦੇ ਨੇ, ਜੇ ਉਹਨਾਂ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੋਵੇ ਨਾ, ਤੇ ਉਹ ਦਿਸ਼ਾ ਨਿਰਧਾਰਤ ਕਰਦੇ ਨੇ, ਨਹੀਂ ਜੀ ਇਸ ਦਿਸ਼ਾ ਨੂੰ ਕਰੋ, ਇਸ ਦਿਸ਼ਾ ਨੂੰ ਨਾ ਕਰੋ। ਜਦੋਂ ਕਿ ਗੁਰੂ ਸਾਹਿਬ ਨੇ ਦਿਸ਼ਾ ਦਾ ਅੰਤਰ ਰੱਖਿਆ ਹੀ ਨਹੀਂ ਹੈ, ਸਾਰੀਆਂ ਦਿਸ਼ਾਵਾਂ ਚ ਹੀ ਰੱਬ ਵੱਸਦਾ, ਸਾਰੀ ਧਰਤੀ ਉਹੀ ਚੰਗੀ ਹੈ। ਤੇ ਜਿਹੜੇ ਅੱਜ ਕੱਲ੍ਹ ਤੁਸੀਂ ਦੇਖੋ ਵਾਸੂ ਸ਼ਾਸਤਰ ਵਿੱਚ ਫਸ ਗਏ ਨੇ ਕਿ ਰਸੋਈ ਕਿੱਥੇ ਹੋਣੀ ਚਾਹੀਦੀ, ਬਾਥਰੂਮ ਕਿੱਥੇ ਹੋਣਾ ਚਾਹੀਦਾ, ਮੂੰਹ ਕਿੱਧਰ ਨੂੰ ਹੋਣਾ ਚਾਹੀਦਾ, ਤੁਸੀਂ ਗਲਤ ਮਕਾਨ ਬਣਾ ਲਏ ਤਾਂ ਤੁਹਾਡੇ ਘਰੇ ਧੰਨ ਨਹੀਂ ਠਹਿਰਦਾ। ਇੱਕ ਵਾਸੂ ਸ਼ਾਸਤਰ ਨਵਾਂ ਤਿਆਰ ਹੋਇਆ ਹੈ, ਤੇ ਉਹ ਵੀ ਬ੍ਰਾਹਮਣ ਦੀ ਕਾਢ ਹੈ, ਸਿੱਖਾਂ ਦੀ ਕਾਢ ਨਹੀਂ ਹੈ। ਔਰ ਗੁਰੂ ਨਾਨਕ ਸਾਹਿਬ ਨੇ ਐਸਾ ਕੋਈ ਗੱਲ ਨਹੀਂ ਆਖੀ, ਕਿਤੇ ਵੀ ਰਹੋ ਮਿਹਨਤ ਕਰੋਗੇ ਤਾਂ ਹੀ ਗੱਲ ਬਣੇਗੀ।
ਔਰ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਤੇ ਉਹ ਤਾਂ ਹੀ ਠੀਕ ਹੋਏਗਾ ਜੇ ਘਰ ਦੇ ਮੈਂਬਰ ਬੈਠ ਕੇ ਵਿਚਾਰ ਕਰਨ ਔਰ ਕਲੇਸ਼ ਦੀ ਜੜ ਲੱਭਣ, ਵੀ ਕਲੇਸ਼ ਹੁੰਦਾ ਕਿਉਂ ਹੈ। ਤੇ ਉਹ ਕੋਈ ਇਸ ਤਰ੍ਹਾਂ ਜੋਤਿਸ਼ ਦੇ ਰਾਹੀਂ ਕਲੇਸ਼ ਨਹੀਂ ਹੱਲ ਹੁੰਦੇ ਹਨ, ਲੋਕ ਫਸੇ ਜੋਤਿਸ਼ੀਆਂ ਦੇ ਅੰਦਰ। ਹੋਰ ਤੁਸੀਂ ਦੇਖੋ ਬੜੀਆਂ ਹੀ, ਮੈਂ ਵੇਖਦਾ ਅਖਬਾਰਾਂ ਦੇ ਉੱਤੇ ਫੋਟੋਆਂ ਆਉਂਦੀਆਂ ਨੇ, ਅਸੀਂ ਆਹ ਕਰ ਦਿੰਦੇ, ਅਸੀਂ ਉਹ ਕਰ ਦਿੰਦੇ, ਪਰ ਦੱਸੋ ਕੁਝ ਵੀ ਨਹੀਂ ਹੁੰਦਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਤੁਸੀਂ ਐਵਰੇਜ ਕੱਢੋ, 100 ਚੋਂ 100 ਬੰਦਾ ਗਿਆ, 10-15 ਠੀਕ ਹੋ ਹੀ ਜਾਣੇ ਨੇ, ਉਹ ਤੇ ਕੁਦਰਤੀ ਹੋ ਜਾਣੇ ਨੇ। ਬਸ ਜਿਹੜੇ ਠੀਕ ਹੋ ਗਏ ਉਹਨਾਂ ਨੇ ਚੁੱਕੀ ਜਾਣਾ, ਉਹਨੂੰ ਗੱਲ ਕੱਖ ਨਹੀਂ ਹੈ। ਤੋ ਇਹ ਸਾਰੀਆਂ ਵਿਚਾਰਾਂ ਗੁਰੂ ਦੀਆਂ ਨਹੀਂ ਹਨ, ਔਰ ਸਿੱਖ ਜਿਹੜਾ ਹੈ ਪਤਾ ਲੱਗਦਾ ਹੈ ਇਹ ਗੁਰੂ ਨਾਨਕ ਦਾ ਸਿੱਖ ਹੈ, ਕੋਈ ਹੋਰ ਸਿੱਖ ਹੈ। ਉਹਦੇ ਜੀਵਨ ਤੋਂ ਗੁਰੂ ਪ੍ਰਗਟ ਹੁੰਦਾ ਹੈ, ਜਿਹੜਾ ਗੁਰੂ ਦੇ ਨਾਲ ਪਿਆਰ ਕਰਨ ਵਾਲਾ, ਜਿਹੜਾ ਗੁਰੂ ਦੇ ਸਿਧਾਂਤ ਤੇ ਚੱਲਣ ਵਾਲਾ ਹੈ, ਪਤਾ ਲੱਗ ਜਾਏਗਾ ਇਹ ਗੁਰੂ ਨੂੰ ਮੰਨਣ ਵਾਲਾ ਹੈ। ਮੈਂ ਹੁਣ ਇੱਥੇ ਬੇਨਤੀ ਕਰਾਂ, ਹੈ ਤੇ ਬੜਾ ਔਖਾ ਹੈ ਬੋਲਣਾ ਵੀ, ਕਿਉਂਕਿ ਅਸੀਂ ਸੰਪਰਦਾਵਾਂ ਵਿੱਚ ਵੰਡੇ ਹੋਏ ਹਾਂ। ਹੁਣ ਮੈਂ ਬੇਨਤੀ ਕਰਾਂ, ਸਿੱਖ ਦੇ ਜੀਵਨ ਤੋਂ ਪਤਾ ਲੱਗ ਜਾਏਗਾ ਇਹ ਕਿਹੜੀ ਸੰਪਰਦਾ ਨਾਲ ਸੰਬੰਧਿਤ ਹੈ। ਇਹ ਉਹ ਸੰਪਰਦਾ ਦਾ ਸਿੱਖ ਬਣ ਗਿਆ, ਗੁਰੂ ਦਾ ਸਿੱਖ ਨਹੀਂ ਬਣਿਆ। ਗੁਰੂ ਨਾਨਕ ਦੇ ਸਿੱਖ ਦਾ ਵੀ ਪਤਾ ਲੱਗ ਜਾਏਗਾ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ, ਅੱਗੋ ਜਾ ਕੇ ਪਤਾ ਲੱਗੇਗਾ ਇਹ ਕਿਸੇ ਸੰਪਰਦਾਇਕ ਦਾ ਸਿੱਖ ਹੈ। ਇਹ ਜਿਹੜੀ ਸੰਪਰਦਾ ਬਣੀ ਇਹ ਉਹਦੇ ਨਾਲ ਰਿਲੇਟਡ ਸਿੱਖ ਤੇ ਹੋ ਸਕਦਾ, ਗੁਰੂ ਨਾਨਕ ਦਾ ਸਿੱਖ ਨਹੀਂ, ਕਿਉਂਕਿ ਉਹਨੇ ਉਹਦੀ ਸੰਪਰਦਾ ਦੀ ਵਿਚਾਰ ਆਪਣੇ ਅੰਦਰ ਵਸਾਈ, ਗੁਰੂ ਦੀ ਵਿਚਾਰ ਅੰਦਰ ਵਸਾਈ ਹੀ ਨਹੀਂ ਹੈ। ਔਰ ਸੰਪਰਦਾ ਵਾਲਿਆਂ ਨੇ ਆਪਣਾ ਕੁੱਝ ਨਾ ਕੁੱਝ ਅਲੱਗ ਵਿੱਚ ਚਲਾਇਆ, ਗੁਰੂ ਨਾਨਕ ਦੇ ਸਿਧਾਂਤ ਤੋਂ ਵੱਖਰਾ। ਤਾਂ ਤਾਂ ਸਾਡੇ 'ਚ ਏਕਤਾ ਹੈ ਨਹੀਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਹਾਈਏ, ਗੁਰੂ ਨਾਨਕ ਸਾਹਿਬ ਦੇ ਸਿੱਖ ਕਹਾਈਏ, ਫਿਰ ਤਾਂ ਇੱਕੋ ਹੀ ਗੁਰੂ ਦੇ ਸਿੱਖ ਹੋ ਗਏ, ਫਿਰ ਸੰਪਰਦਾ ਵਿੱਚ ਰਹੀ ਨਾ। ਔਰ ਸਾਡੇ ਵਿੱਚੋਂ ਬਹੁਤ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਕਿਹੜੀ ਸੰਪਰਦਾ ਨਾਲ ਸੰਬੰਧਿਤ ਹੈ। ਤੋ ਗੁਰੂ ਨਾਨਕ ਦਾ ਸਿੱਖ ਤੇ ਨਹੀਂ, ਫਿਰ ਉਹਦੇ ਤੋਂ ਸੰਪਰਦਾ ਝਲਕ ਰਹੀ ਹੈ, ਸੰਪਰਦਾ ਕਿਹੜੀ ਸੰਪਰਦਾ ਦਾ ਹੈ, ਕਿਉਂਕਿ ਉਹ ਸੰਪਰਦਾ ਦੇ ਬੀਜ ਉਹਦੇ ਵਿੱਚੋਂ ਪੁੰਗਰਦੇ ਨੇ। ਤੋ ਉਹ ਓਅੰਕਾਰ ਹੈ, ਦਾ ਅਰਥ ਹੈ ਸਰਵ ਵਿਆਪਕ ਜਾਣਦਾ ਗੁਰੂ ਦਾ ਸਿੱਖ, ਵੀ ਰੱਬ ਸਰਵ ਵਿਆਪਕ ਹੈ, ਸਭ ਜਗ੍ਹਾ ਹੈ, ਸਭਨਾਂ ਚ ਰਮਿਆ ਹੋਇਆ। ਫਿਰ ਉਹਨੂੰ ਇਹ ਪਤਾ ਲੱਗ ਜਾਂਦਾ ਰੱਬ ਸਦੀਵੀ ਹੈ, ਕਦੇ ਮਰਦਾ ਨਹੀਂ, ਔਰ ਉਹ ਹੋਂਦ ਵਾਲਾ ਹੈ, ਕਰਤਾ ਪੁਰਖ, ਉਹ ਸਭ ਕੁਝ ਬਣਾਉਣ ਵਾਲਾ ਹੈ, ਔਰ ਸਭ ਕੁਝ ਬਣਾ ਕੇ ਉਹਦੇ 'ਚ ਇੱਕ ਰਸ ਵਿਆਪਕ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਵੀ ਇਹ ਸੱਚੇ ਦੀ ਕੋਠੜੀ ਹੈ, ਉਹਦਾ ਵਿੱਚ ਵਾਸ ਹੈ, ਇਹ ਸਾਰੇ ਕੁਝ ਦੀ ਸਿਰਜਣਾ ਕਰਨ ਵਾਲਾ ਵਾਹਿਗੁਰੂ ਹੈ। ਔਰ ਪਤਾ ਲੱਗ ਜਾਏਗਾ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਇੱਥੇ ਕਲੀਅਰ ਹੋ ਜਾਂਦਾ ਉਹ ਇੱਕ ਹੀ ਹਸਤੀ ਹੈ। ਜੇ 2, 3, 4, 5 ਹੋ ਬਣ ਤਾਂ ਉਹ ਨਿਰਭਉ ਨਹੀਂ ਹੋ ਸਕਦਾ, ਉਹ ਨਿਰਵੈਰ ਨਹੀਂ ਹੋ ਸਕਦਾ। ਸਨਾਤਨ ਮਤ ਦੇ ਅੰਦਰ 3 ਜ਼ਿਆਦਾਤਰ ਮੰਨੀਆਂ ਜਾਂਦੀਆਂ ਨੇ, ਬ੍ਰਹਮਾ ਵਿਸ਼ਨ ਤੇ ਮਹੇਸ਼ ਨੂੰ ਹੋਣਾ ਮੁੱਖ ਰੱਖੇ ਆ। ਉਹ ਤਿੰਨੇ ਆਪਸ ਵਿੱਚ ਲੜਦੇ ਨੇ, ਉਹ ਨਾ ਨਿਰਭਉ ਹਨ ਨਾ ਨਿਰਵੈਰ ਹਨ, ਇਸ ਕਰਕੇ ਉਹ ਪਰਮ ਸ਼ਕਤੀ ਨਹੀਂ ਹਨ। ਪਰਮ ਸ਼ਕਤੀ ਕੁਝ ਹੋਰ ਹੈ, ਕੁਝ ਨੇ ਸ਼ੈਤਾਨ ਦੀ ਕਾਢ ਵੀ ਕੱਢੀ ਹੈ ਵੀ ਸ਼ੈਤਾਨ ਹੈ ਤਾਂ ਵੀ ਰੱਬ ਨਿਰਭਉ ਨਿਰਵੈਰ ਨਹੀਂ ਰਹਿੰਦਾ। ਤੋ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਜਿਹੜਾ ਹੈ ਉਹ ਇੱਕ ਹੀ ਮੰਨਦਾ ਹੈ, ਔਰ ਰੱਬ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਉਸ ਪਰਮਾਤਮਾ ਦੀ ਹਸਤੀ ਕਾਲ ਰਹਿਤ ਹੈ, ਉੱਤੇ ਕਾਲ ਦਾ ਪ੍ਰਭਾਵ ਨਹੀਂ ਹੈ, ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਅਜੂਨੀ, ਉਹ ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ ਹੈ, ਅਜੂਨੀ ਹੈ। ਤੇ ਜੇ ਹੁਣ ਕੋਈ ਅਵਤਾਰਵਾਦ ਨੂੰ ਮੰਨ ਬੈਠੇ ਤੇ ਸਮਝ ਲਓ ਇਹ ਸਨਾਤਨੀਆ ਹੋ ਸਕਦਾ, ਗੁਰੂ ਸਾਹਿਬ ਦਾ ਸਿੱਖ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਭਾਈ
ਸਗਲੀ ਥੀਤ ਪਾਸ ਡਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੁੱਲੇ ਨਰ ਕਰਤਕ ਚਰਾਇਨ ਜਨਮ ਮਰਨ ਤੇ ਰਹਿਤ ਮਰਾਇਨ। ਸਹਿਬ ਆਖਦੇ ਸਾਰੀਆਂ ਥਿੱਤਾਂ ਪਾਸੇ ਰੱਖਤੀਆਂ ਆਖੇ ਅਸ਼ਟਮੀ ਨੂੰ ਭਗਵਾਨ ਨੇ ਜਨਮ ਲਿਆ, ਪਰ ਸਹਿਬ ਆਖਦੇ ਅਗਿਆਨਤਾ ਦੇ ਵਿੱਚ ਫਸੇ ਹੋਏ ਲੋਕ ਇਹ ਕੱਚੀਆਂ ਗੱਲਾਂ ਕਰਦੇ ਨੇ, ਪਰਮਾਤਮਾ ਕਦੇ ਵੀ ਜਨਮ ਲੈਂਦਾ ਨਹੀਂ, ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਜਿਹੜਾ ਜਨਮ ਲਏ ਉਹ ਪਰਮਾਤਮਾ ਨੇ, ਜਿਹੜਾ ਜੰਮ ਕੇ ਮਰ ਜਾਏ ਉਹ ਵੀ ਪਰਮਾਤਮਾ ਨਹੀਂ ਹੈ। ਤੇ ਅਖੀਰ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਉਹ ਰਸਨਾ ਸੜ ਜਾਏ ਜਿਹੜੀ ਕਹਿੰਦੀ ਹੈ ਰੱਬ ਜੂਨਾ ਚ ਆਉਂਦਾ ਹੈ। ਇਹ ਗੁਰਬਾਣੀ ਦਾ ਫਲਸਫਾ ਹੈ, ਔਰ ਪਤਾ ਲੱਗੇਗਾ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ। ਸਿੱਖ ਵਿੱਚੋਂ ਗੁਰੂ ਝਲਕਦਾ ਕਦੋਂ? ਜਦੋਂ ਗੁਰੂ ਨਾਲ ਸਿੱਖ ਦਾ ਪ੍ਰੇਮ ਹੋ ਜਾਂਦਾ ਹੈ, ਤੇ ਉਸ ਪ੍ਰੇਮ ਦੇ ਵਿੱਚ ਉਹ ਗੁਰੂ ਦੇ ਸਾਰੇ ਸਿਧਾਂਤ ਨੂੰ ਆਪਣੇ ਅੰਦਰ ਵਸਾ ਲੈਂਦਾ ਤੇ ਉਹਦੇ ਅੰਦਰੋਂ ਝਲਕਦਾ ਹੈ ਵੀ ਇਹ ਗੁਰੂ ਦਾ ਸਿੱਖ ਹੈ। ਔਰ ਸੱਚ ਨਾਲ ਜੁੜੇ ਹੀ ਸੱਚ ਹੋ ਸਕੀਦਾ ਹੈ, ਸੱਚ ਦੀ ਪਛਾਣ ਹੋ ਸਕਦੀ ਹੈ। ਗੁਰੂ ਸੱਚ ਦੇ ਨਾਲ ਜੁੜੇ ਹੋਏ ਨੇ, ਔਰ ਇਉਂ ਸਿੱਖ ਗੁਰੂ ਰਾਹੀਂ ਸੱਚ ਨਾਲ ਜੁੜ ਕੇ ਉਹਦੇ ਨਾਲ ਇੱਕਮਿੱਕ ਹੋ ਜਾਂਦਾ ਹੈ। ਸਹਿਬੰਗ ਦਾ ਅਰਥ ਹੈ ਸੁੱਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਾਨ, ਭਾਵ ਉਹ ਵਾਹਿਗੁਰੂ ਪਰਮਾਤਮਾ ਕਿਸੇ ਤੋਂ ਪ੍ਰਕਾਸ਼ਿਆ ਨਹੀਂ ਹੈ, ਕਿਸੇ ਹੋਰ ਤੋਂ ਪ੍ਰਕਾਸ਼ ਨਹੀਂ ਲੈਂਦਾ, ਉਹ ਸਵੈ ਪ੍ਰਕਾਸ਼ਮਾਨ ਹੈ। ਅੱਗੇ ਹੈ ਗੁਰ ਪ੍ਰਸਾਦ। ਗੁਰੂ ਸਾਹਿਬ ਆਖਦੇ ਵੀ ਇਹੋ ਜਿਹਾ ਜੋ ਈਸ਼ਵਰ ਹੈ, ਪਰਮਾਤਮਾ ਹੈ, ਉਹਦੀ ਪ੍ਰਾਪਤੀ ਸਵੈ ਯਤਨ ਨਾਲ ਨਹੀਂ ਹੁੰਦੀ, ਇਹ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਗੁਰੂ ਰਹਿਮਤ ਕਰੇ ਤੇ ਇਹ ਪ੍ਰਾਪਤੀ ਇਨਸਾਨ ਨੂੰ ਹੋ ਜਾਂਦੀ। ਉਹ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਕੇ ਸੱਚ ਦੀ ਪਛਾਣ ਕਰ ਲੈਂਦਾ ਹੈ, ਤੇ ਫਿਰ ਸੱਚਿਆਰ ਜ਼ਿੰਦਗੀ ਜਿਉਂਦਾ ਹੈ, ਕਿਸੇ ਵਹਿਮ ਚ ਨਹੀਂ ਪੈਂਦਾ, ਕਿਸੇ ਭਰਮ ਚ ਨਹੀਂ ਪੈਂਦਾ। ਮੈਂ ਬੇਨਤੀ ਕਰਾਂ, ਜਿਹੜਾ ਅਜੇ ਨਜ਼ਰ ਲੱਗਣ ਦੇ ਭਰਮ ਚ ਪਿਆ ਹੋਇਆ ਹੈ ਨਾ, ਘਰ ਨੂੰ ਨਜ਼ਰ ਨਾ ਲੱਗ ਜੇ, ਕਾਰ ਨੂੰ ਨਜ਼ਰ ਨਾ ਲੱਗ ਜੇ, ਬਿਜ਼ਨਸ ਨੂੰ ਨਜ਼ਰ ਨਾ ਲੱਗ ਜੇ, ਸਾਡੇ ਬੱਚਿਆਂ ਨੂੰ ਨਜ਼ਰ ਨਾ ਲੱਗ ਜਾਏ, ਆ ਜੋੜੀ ਸਾਡੀ ਨੂੰਹ ਪੁੱਤ ਦੀ ਚੰਗੀ ਇਹਨਾਂ ਨੂੰ ਕਿਤੇ ਨਜ਼ਰ ਨਾ ਲੱਗ ਜਾਏ। ਜਿਹੜਾ ਅਜੇ ਨਜ਼ਰ ਚ ਫਸਿਆ ਹੋਇਆ ਹੈ ਉਹਦੇ ਅੰਦਰ ਗੁਰੂ ਨਾਨਕ ਨਹੀਂ ਦਿਖਾਈ ਪਏਗਾ। ਆ ਨਜ਼ਰ ਦਾ ਭਰਮ ਜਿਹੜਾ ਹੈ ਤੇ ਸਨਾਤਨੀਆਂ ਵਿੱਚ ਪਿਆ ਹੋਇਆ ਭਰਮ ਭੁਲੇਖਾ, ਤੇ ਉਹ ਭਰਮਾਂ ਚ ਪਏ ਵੀ ਨੇ ਤੇ ਲੋਕਾਂ ਨੂੰ ਪਾਏ ਵੀ ਜਾਂਦੇ। ਉਹਨਾਂ ਨੇ ਕੱਪ ਚ ਬਣਾਏ ਨੇ ਕੱਪ ਚ ਵੀ ਜਿਹਨਾਂ ਨਜ਼ਰ ਨਹੀਂ ਲੱਗਦੀ ਜੀ, ਕਿਸੇ ਨੂੰ ਨਜ਼ਰ ਲੱਗੇ ਨਾ ਲੱਗੇ ਉਹਨਾਂ ਦਾ ਕਾਰੋਬਾਰ ਵਧੀਆ ਚੱਲ ਰਿਹਾ, ਉਹਨਾਂ ਭੁਲੇਖਾ ਪਾ ਕੇ ਨਜ਼ਰ ਦਾ ਲੋਕਾਂ ਨੂੰ ਉਹ ਆਪਣੇ ਕਬਜ ਵੇਚੀ ਜਾਂਦੇ ਨੇ। ਉਹ ਕਹਿੰਦੇ ਕਿਸੇ ਦੀ ਭੈੜੀ ਨਜ਼ਰ ਲੱਗੇਗੀ ਨਹੀਂ, ਉਹ ਭਲੇ ਉਹ ਰੱਬ ਦੇ ਬੰਦੇ ਸਾਰੇ ਭੈੜੇ ਕਿੱਥੋਂ ਹੋ ਗਏ। ਭਗਤ ਕਬੀਰ ਜੀ ਤੇ ਸਮਝਾਉਂਦੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ, ਵੀ ਸਾਡੇ ਤੋਂ ਤੇ ਸਾਰੇ ਹੀ ਚੰਗੇ ਨੇ। ਤਾਂ ਮਨੁੱਖ ਕਹਿੰਦਾ ਮੈਂ ਚੰਗਾ, ਬਾਕੀਆਂ ਦੀ ਨਜ਼ਰ ਬੜੀ ਮਾੜੀ ਹੈ। ਤਾਂ ਨਜ਼ਰ ਨੂੰ ਗੁਰੂ ਨਾਨਕ ਦਾ ਸਿਧਾਂਤ ਨਹੀਂ ਮੰਨਦਾ, ਤੰਤਰਾਂ ਮੰਤਰਾਂ ਜੰਤਰਾਂ ਨੂੰ ਗੁਰੂ ਨਾਨਕ ਦਾ ਸਿਧਾਂਤ ਨਹੀਂ ਮੰਨਦਾ, ਜਿਹੜੇ ਬਾਹਾਂ ਤੇ ਧਾਗੇ ਬੰਨੀ ਫਿਰਦੇ ਨੇ ਇਹ ਗੁਰੂ ਨਾਨਕ ਦੇ ਸਿੱਖ ਨਹੀਂ ਹੋ ਸਕਦੇ, ਇਹ ਮਿਲਾਵਟੀ ਹੋਵਣਗੇ। ਤਾਂ ਮਿਲਾਵਟ ਜਿਹੜਾ ਹੈ ਉਹ ਉਹਦੇ ਲਈ ਵੀ ਹਾਨੀਕਾਰਕ ਹੈ ਅਤੇ ਕਿਸੇ ਹੋਰ ਲਈ ਵੀ ਹਾਨੀਕਾਰਕ, ਜਿਵੇਂ ਮਿਲਾਵਟ ਵਾਲਾ ਭੋਜਨ ਸਾਡੇ ਲਈ ਹਾਨੀਕਾਰਕ ਹੈ ਨਾ, ਸਰੀਰ ਦਾ ਨਾਸ਼ ਕਰਦਾ, ਇਉਂ ਵਿਚਾਰਾਂ ਵਾਲੀ ਜਿਹੜੀ ਮਿਲਾਵਟ ਹੈ ਉਹ ਸਾਡੇ ਜੀਵਨ ਦਾ ਨਾਸ਼ ਕਰਦੀ ਹੈ।
ਉਹ ਚੰਗਾ ਜੀਵਨ ਅੰਦਰ ਪੱਧਰਨ ਨਹੀਂ ਦਿੰਦੀ। ਸਤਿਗੁਰੂ ਜੀ ਰਹਿਮਤ ਕਰਨ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਗੁਰ ਪਰਜੈ ਗੁਰ ਆਖੀਐ ਸੱਚ ਸੱਚ ਸਮਝਾਣਾ, ਅਸੀਂ ਇਹਨੂੰ ਸਮਝ ਸਕੀਏ ਤਾਂ ਕਿ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਦਾ ਆਪੇ ਮਿਲਦੇ ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਤਿ ਸ੍ਰੀ ਅਕਾਲ।